ਇੱਕ ਗੱਲ ਦੱਸਾਂ ਅਜਮੇਰ, ਧੀ ਧੀ ਹੁੰਦੀ ਤੇ ਪੁੱਤ ਪੁੱਤ ਹੀ ਹੁੰਦਾ। ਦੇਖੀ ਕਿਤੇ ਇੰਨੀ ਖੁੱਲ ਮਹਿੰਗੀ ਨਾ ਪੈ ਜਾਵੇ ਕਿ ਸਾਰੀ ਉਮਰ ਸਿਰ ਚੁੱਕਣ ਜੋਗਾ ਨਾ ਰਹਿ ਜਾਵੇ। ਓਏ, ਸਾਡੇ ਲਈ ਤਾਂ ਧੀ ਪੁੱਤ 'ਚ ਕੋਈ ਫਰਕ ਹੀ ਨਹੀਂ ਦਰਬਾਰਿਆ, ਕੱਲ ਨੂੰ ਕੀ ਹੋਣਾ ਇਹ ਤਾਂ ਉਤਲਾ ਖਸਮ ਹੀ ਜਾਣਦਾ, ਪਰ ਅੱਜ ਦੀ ਘੜੀ ਧੀ ਵਾਲੇ ਦਾ ਸਿਰ ਉੱਠ। ਹਾਂਜੀ ਦੋਸਤੋ, ਇਹਨਾਂ ਦੀ ਜਿੱਤ ਦੇ ਨਾਲ ਕਰਦਿਆਂ ਮੇਲੇ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਲੈ, ਓਏ ਕਿਹੜਾ ਕੰਜਰ ਫੜਾ ਗਿਆ ਹੁਣ। ਤੇਰੀ ਧੀ ਮੇਲੇ 'ਚੋਂ ਆਵੇ ਤੇ ਕਿਸੇ ਦੀ ਮੱਤ ਨਾ ਮਾਰੀ ਜਾਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਓਏ ਉੱਥੇ ਨਾ ਦੱਸਿਆ ਜੂਤ ਫੇਰਦੇ ਸਾਲੇ ਦੇ, ਸਾਹਮਣੇ ਤੇ ਆਇਆ ਨਹੀਂ ਗਿਆ ਵੱਡੇ ਮਿਰਜ਼ੇ ਤੋਂ, ਕਿਸੇ ਜਵਾਕ ਜੇ ਦੇ ਹੱਥ ਕਲਤੀ। ਇਹਨੂੰ ਸਾਂਭ ਕੇ ਕੀ ਕਰਦਾ, ਸਿੱਟ ਪਰੇ ਪਾੜ ਕੇ। ਓਏ ਤਾਂ ਮੇਰੀ ਧੀ ਦੀ ਇਮਾਨਦਾਰੀ ਦੇ ਮੈਡਲ ਹੈ ਮੇਰੇ ਵਾਸਤੇ, ਸਿੱਟ ਕਿਵੇਂ ਦੇਵਾਂ। ਫਿਰ ਇੱਕ ਅੱਧਾ ਮੈਡਲ ਮੈਨੂੰ ਵੀ ਪੜਾ ਦੇ ਕਦੇ, ਕਮਲੀ ਨਾ ਹੋਵੇ ਤਾਂ। ਤੂੰ ਐਂ ਦੱਸ, ਕੱਲ ਨੂੰ ਜ਼ਰੂਰ ਜਾਣਾ ਫਿਰ? ਹਾਂ ਹੋ, ਹੁਣ ਇਹ ਨਾ ਆਖੀ ਦੋ ਤਿੰਨ ਦਿਨ ਹੋਰ ਰੁਕ ਜਾ, ਤੇਰੀ ਆ ਖੇਡ ਦੇ ਚੱਕਰ 'ਚ ਮੈਂ ਲੇਟ ਹੋ ਗਈ, ਮੈਂ ਦੱਸਾਂ ਤੈਨੂੰ। ਤੇ ਜੇ ਮੇਰਾ ਜੀ ਨਾ ਲੱਗਿਆ ਫਿਰ? ਬਸ ਰਹਿਣ ਦੇ, ਤੇਰਾ ਵਾਸ ਚੱਲੇ ਨਾ, ਤੂੰ ਤੇ ਮੈਨੂੰ ਘਰ ਹੀ ਪਾ ਕੇ ਰੱਖੇ, ਜੀ ਨਹੀਂ ਲੱਗਣਾ ਜੀ। 20-25 ਦਿਨਾਂ ਦੀ ਤਾਂ ਗੱਲ ਹੈ, ਨਾਲੇ ਪੈਸੇ ਦੇ ਦੀ ਚੱਜ ਨਾ, ਐਸ਼ ਕਰਨੀ ਹੈ ਮੈਂ। ਹਾਂ ਉਹ ਤੂੰ ਕਿਹੜੀ ਐਸ਼ ਕਰਨੀ ਹੈ, ਪੈਸਿਆਂ ਨੂੰ ਤੈਨੂੰ ਕਦੇ ਰੋਕਿਆ? ਜਿੰਨੇ ਮਰਜ਼ੀ ਲੈ ਜੀ, ਜਲਦੀ ਨਾ ਹੋਵੇ ਤਾਂ। ਚਾਹ ਬਣਾਈ ਵੀ 2 ਕੱਪ, ਠੀਕ ਹੈ ਜੀ। ਪੈਸੇ ਪੂਸੇ ਤਾਂ ਨੀ ਹੋਰ ਚਾਹੀਦੇ? ਨਾ ਨਾ, ਬਹੁਤ ਹੈ ਬਹੁਤ ਹੈ ਬਾਪੂ, ਬਸ ਆ ਗਈ, ਚੱਲਦੀ ਆ। ਖੜ ਜਾ, ਖਿਆਲ ਰੱਖੀ। ਓਏ ਖੜ ਜਾ, ਓਏ ਆ, ਫੋਨ ਕਰਦੀ ਜਾ ਕੇ। ਸ਼ਾਬਾਸ਼ ਜੀ, ਆ ਜਜਵਾ ਹੋਵੇ ਫੇਰ ਦੱਸ, ਪੰਜਾਬ ਦੀਆਂ ਕੁੜੀਆਂ ਨੂੰ ਕਿਹੜਾ ਸ਼ੇਡ ਜੂ? ਚੱਲ ਲੈ ਲਾ ਸੀਟ, ਆ ਕੇ ਕਰਦਾ ਟਿਕਟ ਮੈਂ। ਉਹ ਤੋਰ ਲੈ, ਹੁਣ ਗਾਹ ਦੇ ਟੈਰਾਂ ਨੂੰ ਮਹਿੰਦੀ ਲੱਗੀ ਆ। ਇੱਥੋਂ ਸਵਾਰੀ ਚੱਕ ਕੇ ਸਿੱਧਾ ਢਾਬੇ ਤੇ ਲਾ ਲਈ, ਉਹ ਕਬੂਤਰ ਵਾਂਗੂ ਅੱਖਾਂ ਬੰਦ ਕਰੀ ਜਾਂਦਾ। ਰਾਮਪੁਰਾ, ਬਰਨਾਲਾ, ਧਨੌਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਰਾਜਪੁਰਾ, ਜੀਰਕਪੁਰ, ਚੰਡੀਗੜ੍ਹ, ਨੌਨ ਸਟਾਪ ਚਲੋ 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 ਬਾਈ। ਉਹ ਤੂੰ 20 ਤੁਹਾਡੇ ਗਣਾਤੇ ਆ, ਹਜੇ ਕਹਿੰਦਾ ਨੌਨ ਸਟਾਪ। ਉਹ ਕੰਨਾਂ ਚੋਂ ਮੈਲ ਕਢਾ, ਮੈਂ ਨੌਨ ਸਟਾਪ ਨੀ, ਨੌਨ ਸਟਾਪ ਕਿਹਾ। ਤੋਰਨਾ ਹੁਣ। ਬਹੁਤ ਭੀੜ ਆ ਜੀ ਬੱਸ ਚ, ਮੈਂ ਖੇਤੀ ਬਹਿ ਜਾਂਦਾ। ਹੈਲੋ, ਅੱਖਾਂ ਲੜਾਉਣ ਨੂੰ 216 ਕਿਲੋਮੀਟਰ ਪੈ ਰਹੇ, ਟਿਕਟ ਬੋਲੋ ਛੇਤੀ। ਗਾਹਲੇ ਅੱਡੇ ਤੋਂ ਪਹਿਲਾਂ ਪਹਿਲਾਂ ਮਸਾਲਾ ਰਗੜਨਾ ਹੁੰਦਾ ਮੈਂ। ਇੱਕ ਚੰਡੀਗੜ੍ਹ, 220, ਬੜਾ ਵੱਡਾ ਨੋਟ ਚੱਕੀ ਫਿਰਦੇ ਹੋ। ਚੱਲ ਕੋਈ ਨਾ, ਬਕਾਇਆ ਚੰਡੀਗੜ੍ਹ ਜਾ ਕੇ ਲੈ ਲਈ। ਨਾ ਮੈਂ ਤਾਂ ਭੁੱਲ ਜੂੰਗੀ। ਨਾ ਮੈਂ ਤਾਂ ਭੁੱਲ ਜੂ, ਮੈਂ ਤਾਂ ਆਪ ਭੁੱਲ ਜੂੰਗਾ। ਹੁਣ ਦੱਸੋ ਫਿਰ ਕੀ ਕਰੀਏ? ਆ ਲੈ, 2 ਦੇਰੇ ਚੰਡੀਗੜ੍ਹ ਦੀਆਂ, ਤੁਸੀਂ 220 ਮੈਨੂੰ ਉੱਥੇ ਜਾ ਕੇ ਦੇ ਦਿਓ ਜੀ। ਇਹਦਾ ਕੀ ਪਤਾ ਚੋਰ ਜੇ ਦਾ, ਆਪਣੇ ਦੋਨਾਂ ਦਾ ਬਕਾਇਆ ਖਾਜੂ ਇਹ। ਓ ਹੈਲੋ, ਹੱਦ ਹੋ ਗਈ ਤੇਰੇ, ਆ ਕੀ ਗੱਲ ਕਰਤੀ ਤੈਂ, ਚੋਰ ਜਾ ਕੇ ਤਾਂ ਕਮਾਲ ਕਰੀ ਜਾਂਦਾ, ਚਵਾਨੀ ਚਵਾਨੀ ਦਾ ਹਿਸਾਬ ਕਰੀਦਾ। ਆ ਫੜ 60 ਰੁਪਏ। ਓਏ ਟਿਕਟ! ਉਹ ਜਿਹਨੇ ਪੈਸੇ ਦਿੱਤੇ ਆ ਉਹ ਤਾਂ ਬੋਲਦਾ ਨੀ, ਤੂੰ ਟਿਕਟ ਤੇ ਚੜ ਕੇ ਜਾਣਾ? ਗੱਲਾਂ ਕਰਦੀਆਂ, ਬੰਦਾ ਬਣ ਕੇ ਮੇਰੀ ਟਿਕਟ ਦੇ, ਨਹੀਂ ਤਾਂ ਜੁੱਤੀ ਲਾ ਲੂੰ। ਤੁਹਾਡਾ ਬੁੜਾ ਗਾਂਧੀ ਜੀ ਨਾਲ ਰਿਹਾ ਹੁਣੇ, ਦੱਸਾਂ ਕਿ ਠਹਿਰ ਕੇ? ਨਹੀਂ ਨਹੀਂ, ਮੇਰਾ ਮਤਲਬ ਹੈ ਐਡੇ ਨੇਕ ਵਿਚਾਰ ਚੱਕੀ ਫਿਰਦੇ ਹੋ, ਪੁੱਛਤਾ ਤੂੰ ਨਾਲ ਤੁਰੇ ਹੋਇਆ, ਕਮਾਲ ਹੈ ਬਾਈ। ਆ ਲੈ ਫੜਾ।
ਟਿਕਟ ਤੋਂ ਬਗੈਰ ਨਾ ਹੋਵੇ ਬਈ ਕੋਈ। ਉਹ ਬਾਂਹ ਅੰਦਰ ਕਰਨਾ ਫਿਰ ਲੱਕੜ ਦੀ ਲਵਾਉਂਦਾ ਫਿਰੇਗਾ। ਅਠਿਆਨੀ ਚੱਕੋ ਕਿਹਦੀ ਪਈ ਆ? ਬਾਪੂ ਗਾਂਧੀ ਜੀ ਨਾਲ ਕੁੜੀ ਚਮਕੀਲੇ ਨਾਲ ਤੁਰੀ ਫਿਰਦੀ ਆ, ਆਹ ਤਾਂ ਹਾਲ ਆ ਇਹਨਾਂ ਦਾ। ਚੱਲ 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 ਆਉਣ ਦੇ ਚੱਲ 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 ਆ ਜਾਓ ਥੱਲੇ ਆਓ। ਆਹ ਝੋਲਾ ਚੱਕ ਲੈ ਪੈਰਾਂ ਚੁੱਕੀ ਦਾ। ਚਲੋ ਆਇਓ ਥੱਲੇ, ਛੇਤੀ ਕਰੋ, ਫਟਾਫਟ ਕਰੋ, ਛੇਤੀ ਕਰੋ, ਥੱਲੇ ਆਓ। ਚਲੋ ਛੇਤੀ ਕਰੋ ਜੀ। ਜੋੜੀ ਜਦੋਂ ਚਵਾਰੇ ਚੜ੍ਹਦੀ, ਉਹਨੂੰ ਵੇਖ ਗਵਾਂਢਣ ਸਰਦੀ, ਸਾਰੇ ਪਿੰਡ ਵਿੱਚ ਗੱਲਾਂ ਕਰਦੀ, ਉਹਦੇ ਹੌਲੇ ਪਾਰਦੀਆਂ ਬੱਚੀਆਂ ਪਾਉਂਦਾ। ਤੇਰੀ ਬੁੜੀ ਚੜ੍ਹਦੀ ਹੋ ਗਈ ਚਵਾਰੇ। ਉਹ ਚਲੋ ਛੇਤੀ ਕਰੋ, ਉਹ ਥੱਲੇ ਚਾਲਾ। ਗੱਲ ਤਾਂ ਸੁਣੋ, ਤੁਸੀਂ ਗੁੱਸਾ ਕਾਹਤੇ ਕਰ ਗਏ ਸੀ ਜੀ? ਗਵਾਂਢਣ ਸੜਦੀ ਸੜੀ ਜਾਵੇ। ਤੂੰ ਬਾੜੀ ਫੀਲਿੰਗ ਨਾ ਚੱਕ, ਪੈਸੇ ਦੱਸ ਤੇਰੀ ਟਿਕਟ ਦੇ। ਓ ਕਮਲੀਏ, ਉਹ ਜੱਟ ਤੇਰੀ ਸਾਰੀ ਉਮਰ ਟਿਕਟਾਂ ਭਰਨ ਫਿਰਦਾ, ਤੂੰ ਇੱਕ ਟਿਕਟ ਨੂੰ ਰੋਈ ਜਾਂਦੀ ਆ। ਨਾਲੇ ਗੱਲ ਦੱਸਾਂ, ਅੱਖਾਂ ਬਹੁਤ ਸੋਹਣੀਆਂ ਤੇਰੀਆਂ, ਸੁਰਮੋ ਚੂਨਾ ਮਰਾ ਲਈ। ਜਿਹੜੇ ਤੂੰ ਮੇਰੇ ਪੈਸੇ ਦੇਣੇ ਆ ਨਾ, ਉਹਦਾ ਲੈਕਮੇ ਦਾ ਪੈਨਸਲ ਵਾਲਾ ਸੁਰਮਾ ਲੈ ਲਈ, ਪਿਆਰ ਦੀ ਪਹਿਲੀ ਨਿਸ਼ਾਨੀ ਸਮਝ ਕੇ। ਜੁੱਤੀ ਨਾ ਲੈ ਲਾ ਫਾਜ਼ਿਲਕਾ ਦੀ। ਜੁੱਤੀ ਨਾਲ ਪੰਜੇਬਾ ਠੀਕ ਨੇ, ਪਤਾ ਕਿਉਂ? ਕਿਉਂਕਿ ਆਪਾਂ ਕਿਹੜਾ ਤੇਰੇ ਪੈਰ ਧਰਤੀ ਲੱਗਣ ਦੇਣੇ ਆ। ਓਏ ਢਿੱਲਾ ਹੈ ਕੁਛ, ਦਿਮਾਗ ਟਿਕਾਣੇ ਆ ਤੇਰਾ? ਦਿਮਾਗ ਤਾਂ ਸੁੱਖ ਨਾਲ ਕੰਪਿਊਟਰ ਵਰਗਾ ਸੀ, ਪਰ ਤੂੰ ਹੈਂਗ ਕਰਤਾ। ਹਾਏ ਨੀ, ਦਫਾ ਹੋ ਪਰੇ। ਹੋ ਸੰਗਾ ਚਿੱਲ ਕੋ ਕੇ ਕੱਟ ਲੈ ਸੀ 16 ਸਾਲ ਮੈਂ, ਬੜਾਂਦਾ ਦਿੰਦਾ ਸੀ ਡਰਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਚੱਲ ਦੁਨੀਆ ਨੂੰ ਦਈਏ ਨੀ ਹਲਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਜਦੋਂ ਹੱਸਦੀ ਤੂੰ ਬਿੱਲੋ ਨੀ ਵੀ ਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ, ਚੱਲ ਗਾਟੀ ਗੂਟੀ ਲਈਏ ਚੰਨਪਾ। ਕੀ ਹੋ ਗਿਆ? ਉਹ ਤੂੰ ਨਾ ਟਲਿਆ, ਕਰਤੀ ਨਾ ਬਠਿੰਡੇ ਵਾਲੀ ਤਾਂ। ਉਹ ਬਠਿੰਡੇ ਵਾਲਾ ਕੋਈ ਨੀ, ਓਏ ਮੱਝ ਦਾ ਸਾਊ ਪੋਤਾ ਮੈਂ। ਆਹੋ ਮੱਝ ਦੇ ਸਾਊ ਪੁੱਤ ਨੇ ਬਿਠਾ ਤੀ ਨਾ ਖੂੰਜੇ ਲਾ ਕੇ। ਚੱਲ ਕੁੜੀਏ ਆ ਜਾ ਇੰਜਣ ਤੇ ਬਹਿ ਸਾਡੇ ਨਾਲ, ਚੱਲ ਆ ਜਾ।
ਓਏ ਆ ਕੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਓਏ ਤੂੰ ਆਪਦਾ ਕੰਮ ਕਰ ਓ ਮੈਂ ਤਾਂ ਆਪਦਾ ਕੰਮ ਕਰ ਹੀ ਲੂ ਫਿਰ ਆ ਚੀਕ ਕਈ ਨਾ ਮਾਰੀ ਕਲ ਜੂਗੀ ਆ ਗਿਆ ਲੈ ਕਰ ਲਓ ਭਲਾ ਓਏ ਫਿਰ ਉਹੀ ਗੱਲ ਦੁਬਾਰਾ ਜਾ ਭਾਰਾ ਮਾਰ ਬਾ ਓ ਰੱਬਾ ਇਹੀ ਦਿਨ ਦੇਖਣੇ ਰਹਿ ਗਏ ਸੀ ਚਲੋ ਵੀ ਚਲੋ ਫਟਾਫਟ ਆ ਜਾਓ ਬਾਈ ਉਹ ਜਿਹਨੇ ਚਾਹ ਪਾਣੀ ਛਕਣਾ 10 ਮਿੰਟ ਰੁਕਣੀ ਹੋ ਰਿਹਾ ਜੋ ਛੇਤੀ ਕਰੋ ਚਲੋ 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 ਛੇਤੀ ਛੇਤੀ ਛਕ ਲਓ ਚਾਹ ਪਾਣੀ ਨਹੀਂ ਛਕਣੀ ਫਟਾਫਟ ਕਰੋ ਵੀ ਫਟਾਫਟ ਚਾਹ ਪਾਣੀ ਪੀ ਲਓ ਚਾਹ ਪਾਣੀ ਆ ਵੀ ਬਠਿੰਡੇ ਵਾਲਿਆ ਉਹ ਤੈਨੂੰ ਕਿੰਨੀ ਵਾਰ ਕਹਾਂ ਮੈਂ ਬਠਿੰਡੇ ਤੋਂ ਨਿਕਾ ਅੰਬਰਸਰ ਤੋਂ ਮੈਂ ਲੱਛਣ ਤਾਂ ਬਠਿੰਡੇ ਵਾਲੀ ਆ ਚੱਲ ਪੀ ਲੈ 10 ਮਿੰਟ ਰੁਕਣੀ ਆ ਆਜੋ ਆਜੋ ਮਾਤਾ ਆਜੋ ਜਿਹਨੇ ਆਉਣਾ ਇੱਕ ਚਾਹ ਤੇਰੇ ਕੋਲ ਖੁੱਲੇ ਹੈ ਨਹੀਂ ਬੀਬੀ ਇੱਕ ਚਾਹ ਪਿੱਛੇ 1000 ਦਾ ਨੋਟ ਚੱਲ ਤੂੰ ਐਵੇਂ ਹੀ ਪੀ ਲਾ ਔਰ ਰਹਿਣ ਦੇ ਪਾਲੀ ਕਿਸੇ ਦਾ ਆਸਾਨ ਨਹੀਂ ਲੈਂਦੀ ਹਾਂ ਆਸਾਨ ਨਹੀਂ ਹੈਗਾ ਜੀ ਜਿੱਥੇ 220 ਦੇਣੇ ਆ ਉੱਥੇ 232 ਦੇ ਦਿਓ ਨਾਲੇ ਜੇ ਸੁੱਤੇ ਪਏ ਤਾਂ ਕਿਤੇ ਹੱਥ ਉੱਤੇ ਲੱਗ ਗਿਆ ਹੋਇਆ ਤਾਂ ਸੋਰੀ ਮੈਂ ਸ਼ਕਲ ਤੋਂ ਐਵੇਂ ਦਾ ਲੱਗਦਾ ਵੈਸੇ ਹੈ ਨਹੀਂ ਗਾ ਜੀ ਖਾ ਲੈ ਪੈਸੇ ਨਹੀਂ ਕੱਟਦੀ ਪੈਸੇ ਪੂਰੇ ਹੀ ਮੋੜੂ ਇੰਨੇ ਮਾੜੇ ਵੀ ਨਹੀਂ ਹੁੰਦੇ ਬਠਿੰਡੇ ਵਾਲੇ ਵੈਸੇ ਵੀ ਵਾਧੂ ਸੀ ਮੈਂ ਤਾਂ ਕਤੀਰ ਨੂੰ ਹੀ ਪਾਉਣੀ ਸੀ ਚੱਲ ਤੂੰ ਖਾ ਲਾ ਇੱਕ ਤਾਂ ਕੁੜੀ ਸੋਹਣੀ ਉੱਪਰੋਂ ਬਾਨਣ ਇਹ ਵੀ ਦੱਸ ਗਈ ਕਿ ਪਰੌਂਠੇ ਵੀ ਸੋਹਣੇ ਬਣਾ ਲੈਂਦੀ ਆ ਫਿਰ ਕਹੂੰਗੀ ਮੁੰਡਾ ਖਰਾਬੀਆਂ ਕਰਦਾ ਚੰਡੀਗੜ੍ਹ ਸਾਰੀ ਬਸ ਖਾਲੀ ਪਈ ਉੱਪਰ ਚੜ ਗਈ ਹਿੱਲੀ ਲੱਗਦੀ ਆ ਮੈਨੂੰ ਥੱਲੇ ਤਾਂ ਜੀ ਬਾਹਲੀ ਭੀੜ ਹੋ ਗਈ ਸੀ ਮੈਂ ਸੋਚਿਆ ਉੱਪਰ ਆ ਕੇ ਬਹਿ ਜਾਂਦੇ ਆ ਹਾਂ ਹੋ ਸਭ ਜਾਣਦੀ ਹੈ ਮੈਂ ਮਾਝੇ ਦਾ ਸਾਊ ਪੁੱਤ ਬਾਹਲੇ ਡਰਾਮੇ ਦੀ ਲੋੜ ਨਹੀਂ ਪਰੇ ਹੋ ਕੇ ਬਹਿ ਉਹ ਮੈਂ ਵੀ ਜਾਣਦਾ ਮਾਲਵੇ ਵਾਲਿਆਂ ਨੂੰ ਉਹ ਪੈਸੇ ਰਹਿੰਦੇ ਤੇਰੇ ਵੱਲ ਮੇਰੇ 232 ਰੁਪਈਏ ਜੇ ਲੈ ਕੇ ਭੱਜਾਂ ਦੀ ਫੇਰ ਬਸ ਤੇਰੇ 232 ਰਹਿ ਗਏ ਲੈ ਕੇ ਭੱਜਣ ਨੂੰ ਇਹੋ ਜਿਹੀ ਨਹੀਂ ਹੈਗੀ ਮੈਂ ਹਾਂ ਮੈਂ ਵੀ ਨਹੀਂ ਕਿਹਾ ਜਾ ਰਹਿਣ ਦੇ ਖਾਲੀ ਬਸ ਛੱਡ ਕੇ ਇਕੱਲੀ ਕੁੜੀ ਨਾਲ ਬੈਠਾ ਅਖੇ ਇਹੋ ਜਿਹਾ ਨਹੀਂ ਮੈਂ ਉਹ ਮੈਂ ਤੇਰੀ ਹੈਲਪ ਕਰਨ ਆਇਆ ਸੀ ਜੇ ਅੱਗੇ ਸੰਗਰੂਰ ਤੋਂ ਕੋਈ ਨਾਲ ਭਈਆ ਪੈ ਜਾਂਦਾ ਨਾ ਫਿਰ ਦੇਖਦੀ ਆਲਾ ਦੁਆਲਾ ਉਹ ਤੇਰੇ ਪਿੱਛੇ ਬੰਦੇ ਪਏ ਸੀ ਉਹ ਬੋਲ ਹੁਣ ਹੋ ਗਈ ਨਾ ਬੋਲਤੀ ਬੰਦ ਐਵੇਂ ਨਾ ਜਾਣੀ ਮੈਨੂੰ 10 ਅੱਖਾਂ ਮੇਰੀਆਂ ਸਭ ਦੇਖਦਾ ਮੈਨੂੰ ਹਾਂ ਉਹ ਤਾਂ ਮੇਰੇ ਚਾਚੇ ਤਾਏ ਸੀਗੇ ਸੋਨੀਆ ਜੀ ਹੁਣ ਜਦੋਂ ਆਪਣੇ ਰਿਸ਼ਤੇ ਦੀ ਗੱਲ ਹੋਣੀ ਲੱਗੀ ਆ ਨਾ ਤਾਂ ਮੈਂ ਤੁਹਾਤੋਂ ਕੁਛ ਲੁਕਾਉਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਸੀ ਮੈਨੂੰ ਪਹਿਲਾਂ ਵੀ 2 ਵਾਰ ਪਿਆਰ ਹੋ ਚੁੱਕਿਆ ਪਰ ਸਿਰੇ ਨਹੀਂ ਚੜਿਆ ਹੁਣ ਰੱਬ ਅੱਗੇ ਕਾਹਲਾ ਜ਼ੋਰ ਨਾ ਜੀ ਦੇਖ ਵੀਰੇ ਵੀਰੇ ਤੇਰਾ ਜ਼ੋਰ ਜਿਹਾ ਨਹੀਂ ਚੱਲਿਆ ਹੋਣਾ ਪਰ ਮੇਰੇ ਵਾਲਾ ਤਾਂ ਬਾਲਾ ਗੱਡ ਰਿਹਾ ਵਿਆਹੀ ਵਰੀ ਨੂੰ ਕੱਢ ਕੇ ਲੈ ਜੂ ਫਿਰ ਨਾ ਕਹੀਂ ਦੱਸਿਆ ਨਹੀਂ ਹੁਣ ਜੇ ਮੈਂ ਥੱਲੇ ਜਾ ਕੇ ਗੱਲ ਕੀਤੀ ਬਾਪੂ ਜੀ ਨਾਲ ਉਹਨਾਂ ਨੇ ਤਾਂ ਮੇਰੀ ਸਰਵਿਸ ਕਰ ਦੇਣੀ ਹੈ ਤੂੰ ਐਂ ਕਰ ਤੂੰ ਥੱਲੇ ਜਾ ਅਤੇ ਕਹਿ ਦੀ ਮੈਨੂੰ ਕੁੜੀ ਪਸੰਦ ਨਹੀਂ ਵੈਸੇ ਕੀ ਨਾਮ ਆ ਜੀ ਚੀਜ਼ਾ ਜੀ ਦਾ ਵੱਡਾ ਕਲਾਕਾਰ ਹੈ ਪਹਿਲੇ ਮਿੰਨੀ ਮੁੰਨੀ ਬਸ ਦੀਆਂ ਗੱਲਾਂ ਕਰਦਾ ਸੀ ਹੁਣ ਤਾਂ ਰੇਂਜ ਰੋਵਰ ਹੈ ਉਹਦੇ ਕੋਲ ਜੱਸੀ ਗਿੱਲ ਤੂੰ ਬਾਲੇ ਗੈਸ ਗੂਸ ਨਾ ਮਾਰ ਹੁਣ ਜਾ ਥੱਲੇ ਜਾ ਮੈਂ ਨਾ ਤਾਂ ਕਰ ਦਿੰਦਾ ਤੁਸੀਂ ਮੇਰੀ ਪਲੀਜ਼ ਇੱਕ ਫੋਟੋ ਕਰਾ ਦੋਗੇ ਉਹਦੇ ਨਾਲ
ਚੱਲ ਸੋਚਾਂਗੇ, ਜਾ ਤੇ ਸਹੀ। ਸੱਚੀ ਚਿੱਟੀ ਲਾਲ ਸਰ ਹੁਣ ਮੇਰੀ ਜਾਨ ਖਾਈ ਜਾਂਦੇ ਸੀ, ਕਹਿੰਦੇ ਗੁਰੂ ਜੀ ਕਮੀ ਦੱਸ। ਆਪਾਂ ਕਾਰ ਚ ਉਤਰੇ, ਬੱਸ ਫੜ ਲਈ। ਚੰਗੀ ਹੋਈ, ਆਈ ਹੋਣਾ ਚਾਹੀਦਾ ਤੇਰੇ ਵਰਗੇ ਨਾਲ। ਮੇਰੇ ਵਰਗੇ ਨਾਲ ਕਿਉਂ, ਮੈਂ ਕੀ ਮਾੜਾ ਕੀਤਾ ਤੇਰੇ ਨਾਲ? ਕੀਤਾ ਕੀ ਆ, ਤੈਨੂੰ ਪਤਾ ਤੂੰ ਪ੍ਰਪੋਜ਼ ਮਾਰਿਆ ਮੈਨੂੰ। ਪ੍ਰਪੋਜ਼? ਹਾਂ ਤੈਨੂੰ। ਹਾਂ ਕਦੋਂ? ਮੈਨੂੰ ਸੁਪਨਾ ਆਇਆ ਸੀ ਕਿ ਆਪਾਂ ਬੱਸ ਚੋਂ ਉਤਰੇ ਤੇ ਤੂੰ ਮੇਰੇ ਨਾਲ ਯਾਰੀ ਲਾਉਣ ਨੂੰ ਫਿਰਦਾ ਸੀ। ਮੈਂ ਚਾਰ ਗਾਣਾ ਸਰਕਾਤੀਆਂ, ਪਰ ਤੂੰ ਤਾਂ ਜੋਕ ਵਾਂਗੂ ਚਿੰਬੜ ਹੀ ਗਿਆ। ਮੇਰੀ ਜਾਨ ਨੂੰ ਤਾਂ ਸਿਆਪਾ ਹੀ ਪੈ ਗਿਆ ਸੀ। ਸ਼ੁਕਰ ਹੈ ਬਾਬੇ ਦਾ, ਨੀਂਦ ਖੁੱਲ ਗਈ। ਵੈਰੀ ਨਾਈਸ, ਆਪ ਹੀ ਸੁਪਨਾ ਦੇਖਿਆ, ਆਪ ਹੀ ਪ੍ਰਪੋਜ਼ ਬਰਵਾਤਾ ਤੇ ਆਪ ਹੀ ਨਾ ਕਰਕੇ ਮੈਨੂੰ ਕੱਚੇ ਚਲਾਤਾ। ਹੈਂ, ਉੱਪਰ ਥੱਲੇ ਜਿਹੜੀ ਚੀਕ ਮਾਰ ਕੇ ਮੇਰੇ ਛਿੱਤਰ ਪਾਉਣੇ ਸੀ ਉਹ ਅਲੱਗ। ਵਾਹ ਨੀ ਕੁੜੀਏ, ਮੰਨ ਗਏ ਤੈਨੂੰ। ਵੈਰੀ ਨਾਈਸ। ਆਈ ਹੈ ਫਿਰ। ਓਏ ਹੱਥ ਪਿੱਛੇ ਕਰ, ਹਾਏ ਹੈਲੋ ਵਾਲੀ ਕੁੜੀ ਨਾ ਸਮਝ, ਤਿੰਨ ਪੰਜ ਕੀਤੀ ਨਾ ਧੱਕਾ ਮਾਰ ਕੇ ਬੱਸ ਤੋਂ ਸਿੱਟ ਦੂੰ ਮੈਂ। ਦੇਖਤਾ ਲੈ ਪਹਿਲਾਂ। ਓਏ ਬਬਲ ਗਮ। ਹਾਂ ਥੈਂਕ ਯੂ। ਨਾ ਪਹਿਲਾਂ ਕਿੰਨੇ ਸਿੱਟੇ ਆ? ਤੂੰ ਪੀਜੀਆਈ ਚ ਨਰਸ ਤਾਂ ਨੀ ਲੱਗੀ ਕਿਤੇ? ਆਏ ਹਾਏ, ਤੈਨੂੰ ਬੜਾ ਪਤਾ ਪੀਜੀਆਈ ਦੀਆਂ ਨਰਸਾਂ ਦਾ। ਨਾ ਮੈਂ ਤਾਂ ਹਾਈਲਾਈਟ ਕਰਨ ਚੱਲੀ ਆ, ਨਾਲੇ ਮੈਂ ਤੈਨੂੰ ਕਿਉਂ ਦੱਸਾਂ? ਅੱਛਾ, ਤਾਂ ਹੀ ਸਾਡੇ ਵਰਗੇ ਵਿਹਲੇ ਘੁੰਮਦੇ ਆ। ਇੱਕ ਤਾਂ ਪੰਜਾਬ 'ਚ ਪਹਿਲੇ 1000 ਪਿੱਛੇ 800 ਕੁੜੀ ਆ, ਆ 100-200 ਬਾਹਰ ਚਲੇ ਜਾਂਦੀ ਆ, ਰਹਿ ਗਈ 600, ਉਹ 600 ਪਿੱਛੇ ਅਸੀਂ ਛਿੱਤਰੋ ਛਿੱਤਰੇ ਹੋਏ ਫਿਰਦੇ ਹਾਂ। ਹਜੇ ਕੀ ਹੈ ਪੁੱਤ, ਖੜ ਜਾ 4 ਸਾਲ, ਜੇ ਇਹੀ ਹਾਲ ਰਿਹਾ ਨਾ ਹੁਣ ਜੋ ਕਹਿ ਦਿੰਦੇ ਹੁੰਦੇ ਹੋ, ਕਿੱਲੇ ਪਿੱਛੇ 1.25 ਲੱਖ ਦਾ ਰੇਟ ਹੈ ਜੀ, ਬਸ ਗੱਲਾਂ ਹੀ ਰਹਿ ਜਾਣਗੀਆਂ। ਨਾ ਪੱਲਿਓ ਦੇ ਕੇ ਵਿਆਹ ਕਰਵਾਉਣੇ ਪਏ ਤਾਂ ਮੈਨੂੰ ਕਹਿ ਦੀ। ਆ ਦਾਜ ਦੂਜ ਆਪਾਂ ਨਹੀਂ ਲੈਂਦੇ, ਆਪਾਂ ਸਖਤ ਖਿਲਾਫ ਆ ਦਾਜ ਦੇ। ਓਏ ਤੂੰ ਤਾਂ ਬੜਾ ਚੰਗਾ ਹੋ ਗਈ, ਮੈਂ ਇੰਪ੍ਰੈਸ। ਹੁਣ ਕਿਹੜਾ ਮੈਂ ਤੇਰੇ ਨਾਲ ਵਿਆਹ ਕਰਵਾ ਲੂੰ? ਬਾਲਾ ਸਿਆਣਾ ਜਿਹਾ ਬਣਨ ਦੀ ਲੋੜ ਨਹੀਂ, ਚੁੱਪ ਕਰਕੇ ਬਹਿ ਜਾ। ਇੰਨੀ ਆਕੜ? ਵੈਸੇ ਕੁੜੀ ਸੋਹਣੀ ਵੀ ਆਕੜ ਨਾਲ ਹੀ ਲੱਗਦੀ ਆ। ਬਸ ਬਸ ਰੋਕ ਲਾ, ਹੁਣ ਗਾਹਾਂ ਕਿੱਧਰ ਦੱਬੀ ਆ ਨਾ। ਜਾਂਦਾ ਜਾਂਦਾ ਝਾਉਂ ਜਿਹਾ ਸੱਚੀ ਪ੍ਰਪੋਜ਼ ਨਾ ਮਾਰ ਦੇ, ਹੋਰ ਚੱਪ ਖੜਾ ਕਰੂ। ਬਕਾਇਆ ਦੇ ਕਿੰਨੇ ਆ? 50 ਰੁਪਏ ਜੀ। ਐਵੇਂ ਜਨਤਾ ਮਾਰੀ ਜਾਂਦੀ ਆ ਕਿ ਪਹਿਲੀ ਵਾਰ ਵਾਲਾ ਪਿਆਰ ਸੱਚਾ ਹੁੰਦਾ, ਮੈਨੂੰ ਤਾਂ ਮੇਰਾ ਤੀਜੀ ਵਾਰ ਵਾਲਾ ਪਹਿਲੀ ਵਾਰ ਨਾਲੋਂ ਜ਼ਿਆਦਾ ਸੱਚਾ ਲੱਗਦਾ। ਛੇਤੀ ਕਰੋ ਬਈ, ਛੇਤੀ ਕਰੋ। ਸਤਿ ਸ਼੍ਰੀ ਅਕਾਲ ਜੀ, ਸਾਡੀ ਤਾਂ ਡਿਊਟੀ ਲੱਗੀ ਹੋਈ ਹੈ ਜੀ ਸਰਕਾਰ ਵੱਲੋਂ, ਅਸੀਂ ਤਾਂ ਸਵਾਰੀ ਦਾ ਆਦਰ ਮਾਣ ਕਰਨਾ ਹੀ ਹੁੰਦਾ। ਅਜਾ ਅਜਾ ਕੰਮ ਕਰ। ਕੁਛ ਨਹੀਂ। ਨਾ ਦੱਸ, ਇੰਨਾ ਮੁੜ ਮੁੜ ਕੇ ਕੁਛ ਤਾਂ ਵੇਂਦਾ ਹੀ ਹੋਏਗਾ। ਕੁਛ ਨਹੀਂ, ਵੈਸੇ ਹੀ। ਕੀ ਵੈਸੇ? ਸਭ ਪਤਾ ਮੈਨੂੰ, ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਤੇਰੇ ਵਰਗਿਆਂ ਨੂੰ। ਆਈ ਸੋਚਦਾ ਹੋਏਗਾ ਨਾ 232 ਲੈ ਕੇ ਆ ਗਈ। ਨਹੀਂ, ਆਸਾਨ ਤਾਂ ਅੱਜ ਤੱਕ ਨਹੀਂ ਰੱਖਿਆ ਪਾਲੀ ਨੇ ਕਿਸੇ ਦਾ। ਹਾਂ ਅਚਕ ਤੇਰੇ ਪੂਰੇ 234, 220 ਟਿਕਟ ਦੇ, 12 ਚਾਹ ਦੇ, ਆ 2 ਬਬਲ ਗਮ ਦੇ। ਚੰਗਾ, ਸਤਿ ਸ਼੍ਰੀ ਅਕਾਲ। ਹੈਲੋ, ਹਾਂ ਠੀਕ ਠਾਕ ਪਹੁੰਚ ਗਈ ਸੀ, ਇੱਕ ਸ਼ਰੀਫ ਜਿਹਾ ਮੁੰਡਾ ਮਿਲ ਗਿਆ ਸੀਗਾ। ਮੈਂ ਵੀ ਕੁੱਤਾ ਜਿਹਾ ਬਣ ਕੇ ਨਾ ਬੱਸ ਦੇ ਮਗਰੀ ਚੜ ਗਿਆ। ਅੱਛਾ ਲੈ ਇਕੜਾ ਕਿਕੜਾ। ਅੱਛਾ ਐਂ ਦੱਸ, ਟੋਟਾ ਘੜਤੀ ਹੋਏ? ਬਾਲਾ ਹੀ ਘੜ, ਕੰਨ ਤੇ ਮਾਰੂ ਸਾਲੇ ਦੇ ਭਰਜਾਈ ਨੂੰ ਟੋਟਾ ਦੱਸਦਾ। ਸੱਚਾ ਪਿਆਰਾ ਮੇਰਾ? ਸੱਚਾ ਪਿਆਰ ਵੀ ਤੈਨੂੰ ਗਾਜਰ ਬੂਟੀ ਵਾਂਗੂ ਥਾਂ ਥਾਂ 'ਤੇ ਹੋ ਜਾਂਦਾ। ਉਹ ਨਹੀਂ ਯਾਰ, ਜਿਹਦੇ ਨਾਲ ਪਹਿਲਾਂ ਪਿਆਰ ਹੋਇਆ ਸੀਗਾ, ਬਾਪੂ ਨੇ ਤਾਂ ਰੱਖੜੀ ਬਣਾਤੀ, ਕਹਿੰਦਾ ਭੈਣ ਲੱਗਦੀ ਆ ਗਿੱਲਾਂ ਦੀ ਕੁੜੀ ਆ। ਉਹ ਦੂਜੀ ਜਦੋਂ ਵਿਆਹ ਹੋਣ ਲੱਗਿਆ ਨਾ ਤਾਂ ਮੇਰੇ ਵਰਗੇ 5-7 ਗਲੀ 'ਚ ਗਾਲਾਂ ਕੱਢਦੇ ਫਿਰਦੇ ਸੀ। ਪਰ ਇਸ ਵਾਰ ਬਾਈ ਸੱਚਾ ਪਿਆਰ ਆ ਸੱਚੀ। ਅੱਛਾ ਗਿੱਲ ਬਾਈ, ਹਾਂ ਇੱਕ ਮਿੰਟ ਯਾਰ, ਇਹਦਾ ਵੀ ਬੜੇ ਗਲਤ ਟਾਈਮ ਤੇ ਫੋਨ ਆਉਂਦਾ। ਹੈਲੋ। ਹਾਂ ਯਾਰ, ਮੈਂ ਕਿਤੇ ਬਿਜ਼ੀ ਆ, ਤੈਨੂੰ ਬਾਅਦ 'ਚ ਫੋਨ ਕਰਦਾ। ਹਾਂ ਫੇਰ ਮੈਂ ਨਾ, ਇੱਕ ਮਿੰਟ ਪਿੰਕੀ, ਮੈਂ ਬਿਜ਼ੀ ਆ ਯਾਰ, ਕਿਤੇ ਬੈਠਾ, ਮੈਂ ਤੈਨੂੰ ਫੇਰ ਫੋਨ ਕਰਦਾ। ਕਿਉਂ ਮੇਰਾ ਦਿਮਾਗ ਚੱਟੀ ਜਾਂਦੀ ਆ? ਹਾਂ ਉਹ ਕੇ ਬਾਅਦ ਬਸ
हां पौंक किथे बैठे हो ओ यार बादल साहब ਨਾਲ ਬੈਠਾ ਸੈਕਟਰੀਏਟ ਸੋਚ ਰਿਹਾ ਵੀ ਹਰਿਆਣੇ ਨੂੰ ਪਾਣੀ ਦੇਈਏ ਜਾਂ ਨਾ ਦੇਈਏ ਕਦੋਂ ਫੋਨ ਕਰੋਗੇ ਮੈਂ ਤੈਨੂੰ ਟਾਈਮ ਟੇਬਲ ਨਾ ਦੇਦਾ ਮੈਂ ਥਪੜਾ ਮਾਰੂ ਤੇਰੇ ਕੰਨ ਤੇ ਕਿੱਥੇ ਲਹੂ ਪੀਣੀ ਜੋਕ ਮੇਰੇ ਮਗਰ ਪਈ ਹੈ ਉਹ ਕਿਉਂ ਮੇਰੇ ਗਲ 'ਚ ਭਰਿਆ ਸੱਪ ਪਿਆ ਜਾਂ ਜਿੱਥੇ ਮਰਜ਼ੀ ਜਾਂ ਦਫਾ ਹੋ ਚੜੇਲ ਕਿਸੇ ਥਾਂ ਦੀ ਫੇਰ ਉਹ ਫੇਰ ਨਾ ਤੁਹਾਡੇ ਬਾਈ ਤੇ ਸੌਣ ਦੇ ਸ਼ਰਾਟੇ ਵਾਂਗੂ ਵਰਗੀ ਹੋ ਹਾਏ ਹਾਏ ਛਾ ਗਿਆ ਗਿੱਲ ਬਾਈ ਛਾ ਗਿਆ ਨਾ ਨਾ ਆਪਾਂ ਤਾਂ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦਿੱਤਾ ਹਾਂ ਪਾਲੀਆ ਨਾ ਉਹਦਾ ਘੈਂਟ ਲੱਗਦਾ ਨਾ ਪਾਲੀ ਦੇ ਪ੍ਰਵਾਨ ਸੱਚੀ ਦੱਸਾਂ ਗਿੱਲ ਬਾਈ ਮਨ ਤਾਂ ਔਖਾ ਲੱਗਦਾ ਸੀ ਆ ਮੋਨਾ ਸਵੀਟੀ ਇਹ ਤਾਂ ਝੱਟ ਫਸ ਜਾਂਦੀਆਂ ਨੇ ਪਰ ਆ ਪਾਲੀ ਸੱਤੀ ਸੁੱਖੀ ਇਹਨਾਂ ਕੇ ਮਗਰ ਤਾਂ ਵੀਰ ਧੱਕੇ ਆ ਇਹ ਨਹੀਂ ਫਸਦੀਆਂ ਉਹ ਕਾਲੀ ਜੀ ਵਾਲਾ ਕਦੇ ਤਾਂ ਭੈੜੇ ਮੂੰਹ ਚ ਚੱਜ ਦੀ ਗੱਲ ਕੱਢ ਲਿਆ ਕਰ ਆਪ ਤਾਂ ਕਦੇ ਆਂਟੀ ਨਹੀਂ ਛੇੜ ਕੇ ਦੇਖੀ ਗੱਲਾਂ ਕਰਦਾ ਬੜੀਆਂ ਬੜੀਆਂ ਥਪੜਾ ਮਰੂ ਕੰਨ ਤੇ ਲੈ ਐਕੜਾ ਕਿਕੜਾ ਬੰਨ ਬੋਮਨ ਮੈਂ ਨਾਲ ਮੈਂ ਨਾ ਮੈਂ ਤੇਰੇ ਵਾਂਗ ਕੁੜੀਆਂ ਤੋਂ ਪੈਸੇ ਨਹੀਂ ਖਾਂਦਾ ਬੰਦੇ ਕਾ ਜ਼ਮੀਰ ਵੀ ਕੁਛ ਹੁੰਦਾ ਸਰਤ ਲਾ ਲਓ ਇਹ ਕੁੜੀ ਨਹੀਂ ਫਸਦੀ ਕੁੜੀ ਤਾਂ ਚਾਹੇ ਫਸੇ ਨਾ ਫਸੇ ਪਰ ਪੁੱਤ ਤੂੰ ਜ਼ਰੂਰ ਫਸ ਗਿਆ ਲੈ ਐਕੜਾ ਕਿਕੜਾ ਦੱਸ ਬਈ ਕਿਕੜਾ ਹਾਂ ਕਿਕੜਾ ਹੈਲੋ ਪਿੰਕੀ ਬੂਗੀ ਮੇਰਾ ਸ਼ੋਨੂ ਲੈ ਦੱਸ ਫੇਰ ਕੀ ਹੋਇਆ ਜੇ ਮੈਂ ਤੈਨੂੰ ਗੁੱਸਾ ਕੀਤਾ ਪਿਆਰ ਵੀ ਤਾਂ ਮੈਂ ਤੈਨੂੰ ਕਿੰਨਾ ਕਰਦਾ ਅੱਜ ਆਏਂਗੀ ਨਾ ਮਿਲਣ ਜਿੱਦ ਨਾ ਕਰਿਆ ਕਰ ਪੁੱਤ ਹਾਂ ਸੱਚ ਕੱਲ੍ਹ ਨਾ ਮੈਂ ਅਲਾਂਟੇ ਮਾਲ ਵਿੱਚ ਇੱਕ ਬੂਟ ਦੇਖੇ ਓਨਲੀ 12,999 ਦਾ ਯਾਰ ਤੂੰ ਇੱਦਾਂ ਕਰੀ ਆਪਣੀ ਮੰਮੀ ਵਾਲਾ ਕ੍ਰੈਡਿਟ ਕਾਰਡ ਲੈ ਆਈ ਠੀਕ ਹੈ ਨਾ ਹੈਲੋ ਬੂਗੀ ਉਹ ਕਿੱਥੇ ਮਰ ਗਈ ਤੈਨੂੰ ਪੈ ਜੇ ਪਟਮੇੜੀ ਹੈਲੋ ਹਾਂਜੀ ਪ੍ਰਤੀਕ ਆਈਲੈਟਸ ਹਾਂਜੀ ਆ ਪਾਲੀ ਨਾਲ ਗੱਲ ਕਰਵਾ ਸਕਦੇ ਹੋ ਜੀ ਮੈਂ ਉਹਨਾਂ ਦੇ ਪਿੰਡੋਂ ਬੋਲਦਾ ਫੋਨ ਸਵਿਚ ਆਫ ਆਈ ਜਾਂਦਾ ਉਹਨਾਂ ਦਾ ਸਰ ਆਪ ਨਾ ਆਪਣਾ ਕੰਮ ਕਰੋ ਐਸੇ ਤੋਂ ਹਮੇ ਲੜਕੀਆਂ ਕੇ ਪਿੰਡੋਂ ਸੇ ਰੋਜ਼ ਫੋਨ ਆਤੇ ਹੈ ਅਗਰ ਹਮ ਐਸੇ ਨੰਬਰ ਦੇਣੇ ਲੱਗ ਗਏ ਤੋ ਸਾਡਾ ਤੋ ਸਰ ਗਿਆ ਸਨੀ ਲਿਓਨੀ ਇਜ਼ ਡੂਇੰਗ ਅ ਨਿਊ ਹਿੰਦੀ ਮੂਵੀ ਉਹ ਥੋਡੀ ਉਹ ਭੈਣ ਨੂੰ ਇਹ ਨਹੀਂ ਹੜਦੀ ਮਾਂ ਕੀਤੀ ਉਹ ਕੀ ਕਰਦਾ ਪੰਜਾਬੀ ਤੈਨੂੰ ਸਹੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਤੀਤੀ ਤੇ ਲੱਗਦੇ ਆ ਆ ਜੱਫਾ ਪਾਇਆ ਅੰਗਰੇਜ਼ੀ ਖਵਾਰ ਨੂੰ ਚੱਲ ਮੇਰੇ ਨਾਲ ਕੰਮ ਜਾ ਕੇ ਹੁਣ ਆਪਾਂ ਲੱਕਣਾ ਕਿਕਣਾ ਕੰਮ ਬਾਅਦ ਮੈਂ ਦੱਸੀ ਪਹਿਲਾਂ ਐਂਦਾ ਸਿਖਵਾਏਗਾ ਕੀ ਭੁੱਖ ਬਹੁਤ ਲੱਗੀ ਪੀਤੀ ਯਾਰ ਪੀਜ਼ਾ ਖਾਏਗਾ ਪੀਜ਼ਾ ਹਾਂ ਚੱਲ ਚੱਲ ਆ ਜਾ ਮਕਰੋਨੀ ਵੀ ਖਾਊਂਗਾ ਹਾਂ ਪਾਸਤਾ ਵੀ ਤੇਰਾ ਢਿੱਡਾ ਘਟਵਾ ਕੋੜੀ ਵਾਲਾ ਪੱਤਾ ਵੀ ਨਿੰਬੂ ਪਾ ਕੇ ਹਾਂ ਇਕਨੋਮਿਕਸ ਦਾ ਪ੍ਰੋਜੈਕਟ ਹੋ ਗਿਆ ਤੇਰਾ ਕੰਪਲੀਟ ਨਹੀਂ ਯਾਰ ਹਜੇ ਪਿਆ ਹੈ ਥੋੜਾ ਯਾਰ ਨਹੀਂ ਆ ਦੇਖੋ ਕਿਵੇਂ ਦੋ ਦੋ ਹੱਥਾਂ 'ਚ ਫੜੀ ਬੈਠਾ ਹੈ ਬੜੀ ਮਾੜੀ ਨੀਂਦ ਦਾ ਯਾਰ ਜਿਵੇਂ ਕੁਝ ਦੇਖੇ ਨਹੀਂ ਹੁੰਦਾ ਕਦੇ ਕਿਆ ਹੈ ਆਪ ਤਾਂ ਚਾਰ ਚਾਰ ਰੱਖੀ ਬੈਠਾ ਯਾਰ ਇਹਨਾਂ 'ਚ ਤਾਂ ਕੋਈ ਨਹੀਂ ਗੀ ਲੈ ਇਕਣਾ ਕਿਕਣਾ ਗਿੱਲ ਬਾਈ ਟੈਨਸ਼ਨ ਨਾ ਲੈ ਅੱਜ ਨਹੀਂ ਤਾਂ ਕੱਲ ਲੱਭਦਾਂਗੇ ਇਹਦੇ ਤੇ ਨਾ ਰਹੀ ਇਹ ਇਕਣਾ ਕਿਕਣਾ ਜੇ ਤਾਂ ਕਿਤੇ ਤੈਨੂੰ ਡੈਣਾ ਨਾ ਲੱਭ ਕੇ ਦੇ ਮੂੰਹ ਤਾਂ ਦੇਖਦਾ ਜੇ ਮੈਂ ਹਿੰਦੀ 'ਚ ਕੱਚੀ ਪੁੱਛੋ ਲਿਖਿਆ ਹੁੰਦਾ ਕਿਆ ਬਾਈ ਤੂੰ ਆਸ਼ਕ ਹੈ ਕੁੜੀ ਦੇਖ ਪੀਜ਼ਾ ਸੀ ਆਪੇ ਦੇਖ ਲਾਂਗੇ ਕੀ ਵੇਨਾ ਹੈ ਵੀ ਬਾ ਰੱਬ ਦਾ ਕਹਿਰ ਵੇਨਾ ਬੱਠਲਾਂ ਨਾਲ ਹੁਸਨ ਡੋਲਿਆ ਤੁਹਾਡੇ ਤੇ ਗਾਉਣਾ ਆਉਂਦਾ ਤੂੰ ਸੇਵਾ ਨਾ ਕਰਾ ਲਈ ਮੇਰੇ ਤੋਂ ਮੈਂ ਤੈਨੂੰ ਦੱਸਾਂ ਉਹ ਮੈਡਮ ਗਾਉਣ ਦੀ ਗੱਲ ਛੱਡੋ ਉਹ ਤਾਂ ਮੈਂ ਤੁਹਾਨੂੰ ਸਿਖਾਈ ਦੇਣਾ ਪਰ ਜਿੱਡਾ ਨਖਰਾ ਤੁਹਾਡੇ ਚਿਹਰੇ ਤੇ ਨਾ ਇਹਨੇ ਇੱਕ ਦਿਨ ਤੁਹਾਨੂੰ ਸਟਾਰ ਬਣਾਉਣਾ ਆਪਾਂ ਲਾਇਆ ਕਰਾਂਗੇ ਖਾੜੇ ਬਣਾਵਾਂਗੇ ਜੋੜੀ ਨਹੀਂ ਟਿਕਦਾ ਨਾ ਤੂੰ ਮੈਨੂੰ ਲੱਗਦਾ ਮੈਡਮ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਮੈਡਮ ਦੁਰਗਾ ਰੰਗੀਲਾ ਤੋਂ ਲੈ ਕੇ ਸਾਬਰਕੋਟੀ ਤੱਕ ਸਾਰੇ ਸਿੰਗਰਾਂ ਦੇ ਪਿੱਛੇ ਮੈਂ ਗਾਇਆ ਆਪਣੇ ਦੁਰਗਾ ਰੰਗੀਲਾ ਦਾ ਗਾਣਾ ਨਹੀਂ ਹੋ ਰਾਤੀ ਟੁੱਟ ਗਈ ਨੀ ਦਿਨ ਆਈ ਕਾਲੀ ਕਹਾਣੀ ਮਿੱਤਰਾਂ ਦੀ ਉਸ ਤੋਂ ਬਾਅਦ ਜਿਹੜਾ ਆਉਂਦਾ ਨੀ ਹਾਏ ਕਾਲੀ ਕਹਾਣੀ ਮਿੱਤਰਾਂ ਦੀ ਉਹ ਮੈਂ ਹੀ ਤੇ ਕਿਹਾ ਆਪਣੇ ਉਸਤਾਦ ਪੰਮੀ ਬਾਈ ਨੀ ਮੈਂ ਪਾਣੀ ਭਰਦੀਆਂ ਉਹ ਚੀਚੀ ਦਾਸ ਨੇ ਕੀਤਾ ਮੈਮ ਉਹ ਤੂੰ ਕੰਮ ਕਰ ਆਪਦਾ कैसे हो आप सारे मारी सेल्फ सॉरी सॉरी मेरा मतलब माय सेल्फ सत श्री अकाल जी तू इत्थे किवें ਨਾ ਹੁਣ ਤੇਰਾ ਕੀ ਮਤਲਬ ਸਾਰੀ ਉਮਰ ਬੱਸਾਂ 'ਚ ਹੀ ਸਿਟੀਆਂ ਵੀ ਆਉਂਦੇ ਫਿਰੀ ਜਾਈਏ ਸਾਡਾ ਨਹੀਂ ਜੀ ਕਰਦਾ ਜਹਾਜ਼ਾਂ ਝੂਟੇ ਲੈਣ ਨੂੰ ਆ ਮੈਂ ਬਸ ਇੱਕ ਬੇਨਤੀ ਹੈ ਕਿਸੇ ਨੂੰ ਦੱਸੀ ਨਾ ਤੈਨੂੰ ਵੱਡੇ ਮਹਾਰਾਜ ਦੀ ਸੌਣ ਲੱਗੇ ਵੈਸੇ ਕਿੰਨੇ ਕੁ ਵਜੇ ਆ ਜਾਣਗੇ ਤੇਰੇ ਵਾਜੇ ਆ ਮੈਂ ਉਹ ਮੇਰਾ ਮਤਲਬ ਬੈਂਡ 6-7 ਆ ਹੀ ਜਾਣਗੇ ਲੈ ਫਿਰ ਬਰਾਤ ਵਾਸਤੇ ਇੰਨੇ ਕੁ ਬਹੁਤ ਹੁੰਦੇ ਨੇ ਜੱਟ ਨਾਲ 4 ਲਾਵਾਂ ਲੈ ਲੈ ਆਪਾਂ ਵਿਆਹ ਕਰਾਉਂਦੇ ਆ ਸਾਰਾ ਖਰਚਾ ਮੇਰਾ ਆਪਾਂ ਬਾਹਰ ਚੱਲਦੇ ਆ ਉੱਥੇ ਜਾ ਕੇ ਤੂੰ ਆਪਦਾ ਗੋਰਾ ਲੱਭ ਲਈ ਮੇਰੇ ਵਾਸਤੇ ਗੋਰੀ ਮੈਂ ਵੱਟ ਤੇ ਪਈ ਆ ਕੀ ਗੱਲ ਜੱਚੀ ਨਹੀਂ ਗੱਲ ਪਰੇ ਹੋ ਕੇ ਬਹਿ ਜਾ ਪਿੱਛੇ ਆਇਆ ਨਾ ਸਾਰਿਆਂ ਨੂੰ ਦੱਸ ਦੋ ਤੂੰ ਕੰਡਕਟਰ ਹੈ ਓਏ ਰੌਲਾ ਨਹੀਂ ਪਾਈ ਹੁੰਦਾ ਮੋਟਰ ਰੱਖੀ ਹੁੰਦੀ ਆ ਇਹਨਾਂ ਗੱਲਾਂ ਦੀ ਹੈਲੋ ਉਹ ਮੈਂ ਕੰਨ ਦੀ ਜੜ ਤੇ ਛੱਡੂ ਵੱਡਾ ਹੋਇਆ ਸ਼ੀਸ਼ੀ ਦਾ ਵੱਡਾ ਪੰਮੀ ਬਾਈ
हेलो जी, हेलो हेलो, सत श्री अकाल जी। गिल भाई, आ नून वालियां सेवियां बाहलियां आता होए। बाला भुखड़ा यार, तू तां खाण सूरा ना होवे चुप करके एवीं। यार मैनू इन्ना जिवें लगदी कोई, ओ हुण जे ओ नहीं आई इन्ना जू देख लै कोई, हुण आए तां गया कोई तां फायदा होवे। लै एकड़ा किकड़ा, ओ गिल भाई मैनू तां झूठी लगदी थी, तैनू कप तां नहीं मारदी थी कि ओए। मैनू लगदा तैनू सर्विस दी लोड़ आ स्कूटरी, जे कंबल होंदा तेरी कटाई पक्की सी। एकड़ा किकड़ा। हेलो, हां जी बेबी। हां पिंकी, आ गई बुगिया लांटे माल। बेबी मना कर दिए। लै हुण तेरी बेबे दा मैं ठेका लिया यार। लिसन बेबी, कमाल है, जदों दा तू समोसे खाने हुंदे मेरे कोलों ओ तां भज्जी भज्जी आउनी है। हैं, अज मैं मड़े दे फूटकी मंग ले, तैनू सापी लड़ गया। सुनो तां सही, ओ मैं तेरा मुंह ही मुंह कुट्टू। नहीं सच्ची, झूठ ना बोल मेरे नाल। ओके बाद च गल करदे आं, बाय। ओ गिल भाई, ओनू छड़ तू, ओ संगतरी चुन्नी वाली देख, बाली ओ आता है, ऊके पानू ट्राई मार के देख। पिंड केड़ा बई? ओ काका पिंड केड़ा? पिंड नहीं जी, हैगा शहर है जी अंबरसर। अच्छा शहर अंबरसर, लो फिर करो सैन। ओ सैन करो बाई। अच्छा जी, ओ ए नहीं जी चाहिदा। हाँ, सवेर आला नहीं। हाँ, आही चाहिदा। एदी फीस डबल लगनी आ। डबल क्यों जी? क्योंकि जेड़ी कुड़ी मगर तू आया ना काका, ओ इसे बैच पढ़दी आ। ना थोनू की पता मैं कुड़ी पिछे आया जी, एह जा नहीं है मैं। 10 साल हो गए मैनू इंस्टीट्यूट चलाउंदे नू, इत्थे अंग्रेजी सैट करन वाले घट ते कुड़ियां सैट करन वाले वध आउंदे आ। नाले तुहाडे सिर ते ही बैठे काका, कमाइयां कमुइयां किथे इत्थे। बस आई चलाई आ। हुण देने किन्ने आ? डबल डबल। हां मजे दा साऊ पुत इत्थे है। आ संभू जी मैं आया, आ कर दियो। सिखो अंग्रेजी। सत श्री अकाल। पता नहीं बाहर की रखिया, सारियां बाहर वाल नु हो रही हैं, तो हुण तू आप। ओ सारियां बाहर जाई जांदियां ने जी, हुण ब्याह तां करवाउणा ही आ, इत्थे नहीं तां उत्थे सी। हां आपां इत्थे भी आ गए। ओ तू गल सुन, एदे लक्षणा तेनू पती है, अज तो बाद तेनू घरे छड्डण दी जिम्मेवारी मेरी। ओ ना भाई एदा ना करो, ओ इस बीबा ना तां मेरा पहले सुर मिलिया आ, ओ मैं तां बणाऊं इहनू कौर बी। तू मतलब कणत ना खाली बड्डा बंटी बैंस। गल सुन लो तुसीं दोनों, मेरी सहेली है मेरी, इह अज तो बाद आस पास भी दिखे ना, टाइम चकना थोड़ा। ओए अज तां असीं सवारी टाइम ते नहीं चक्की, तू साडा टाइम चक्कण नू फिरदा है। एक मिंट बीबा गल तां सुनियो। ओए तेरी किवें गल सुनियो, असीं मर गए एडी भी गल नहीं। ओ हेलो एक्सक्यूज मी, चंडीगढ़ 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 चंडीगढ़। मेरी भी टैक्स कट दे। ओए मैं तेरी सहेली कदों तो होगी, आ गया ना तू आपदी आली ते, मैनू तो पता ही सी तू इत्थे भी मेरे पीछे आया। मैं ना चक्करा तो कोहा दूर है, आई समझ, भुलेखे च ना रही, और जूडे च फट के हच दे दू। हां गल सुन लो जी मेरी, अज तां 2 आंदे आ, कल 50 आणगे ना वरगे, सुखना बथेरे तुरे ने घरदिया ने बुलट दे के सोहणे सोहणे कुड़े छेड़न नू, मैं तां थोड़ी जान बचाई है ना। तू जे यही गल ना जी, मैं कल तो अपना बैच चेंज कर लेना। हाँ। सत श्री अकाल जी। ओ अच्छा जी, मैडम एक तो मैनू आ समझ नहीं आती भी इन्हां ते इन्ना खर्चा करन दी की लोड़ सी। ओ JBL दे बड़े स्पीकर नहीं आते बसां दे विच, ओ भमक्कड़ कर दिंदे ने कन्नां चों, रोड तो मिलदे ने नाल 30-30 दे 2 तवे फ्री। ओ तवे की हुंदा फ्री? हैं मैं तू भी मार के इहदा सिर पाड़ देना। मैडम जी खा गई ओ पायरेसी पंजाबी सभ्याचार नूं। मैडम जी एक तो मैनू इहने बड़ा भंबल भूसे च पाया। हां दस की प्रॉब्लम है तेरी? मैडम जी अंग्रेजी वालियां मैडमां इन्नियां सोहणियां कहिंदियां। शट अप, आउट। चल कढेंगे, मजाक कीता मैम। ना मजाक नू तेरी साली लगदी है मैडम, मजाक कीता सी। चल इतों तुरदा बण, नॉनसेंस बदतमीज पागल चंडीगढ़ चंडीगढ़ नॉनस्टॉप। शट अप, हेडफोन लगा कन नू। ओ अच्छा जी, तू तो बैच बदलन वाला सी। कोई नहीं कर लूंगा मैं। चल रहन दे, तू भी की याद करेगा।
सॉरी भी आखा के सार लेंगा सार लूंगा चल हुण तू कहना तो तेरे ते ट्रस्ट कर रही है तोड़ी ना आपा तक डक्का नहीं तोड़िया ट्रस्ट की तोड़नी है और दसो की है मैडम ओ देखो डिस्टर्ब करी जांदे ने लाहो नु कल्ले नु थल्ले पढ़ाई दा टाइम है परवान एमी मरी जांदा जी ये कित्थे रहनी है वैसे तू मैं छड्डे आना तैनू डरना किराया नहीं मंगता वैसे गल कह अंबरसर वाले भी माड़े नहीं होंगे सची ठीक है चल फिर सोना मौसम दिन नवा सोना सोना ए समा वाला नू छुए हवा रुक गया ए जहां जदों दा तू मिल गया यारा सानू जग लगदा ए होर भी प्यारा तेरे नाल जीना ए यारा तेरा दीदार जरूरी है और कुछ मंगा ना रब तो बस तेरा प्यार जरूरी है तेरे नाल जीना ए यारा तेरा दीदार जरूरी है और कुछ मंगा ना रब तो बस तेरा प्यार जरूरी है बाने मेरा तेरा मेनू चेहरा दिखाया सी लग रहा सी सच मेनू जिमें गले नाल लाया सी खाबा ने तेरा मेरा मेनू चेहरा दिखाया सी लग रहा सी सच जिमें मेनू गले नाल लाया सी सुबह भी मेरी रंगीन हो गई रोशनी सूरज दी भी हसीन हो गई तू मेरे कोल सदा सजना साडे विचकार ना दूरी है और कुछ मंगा ना रब तो बस तेरा प्यार जरूरी है दिल नू दिल दा सकून मिलदा है मेरे दिल जानिया मेरी बाहां ते मेरी राहां ते तेरी निशानिया दिल नू दिल दा सकून मिलदा है मेरे दिल जानिया मेरी बाहां ते मेरी राहां ते तेरी निशानिया पानी चो दिसदी है सूरत ओ तेरी तेरे नाल जिंदगी खूबसूरत है मेरी आरसियां नू मना लिए ए बेकार गरूरी है और कुछ मंगा ना रब तो बस तेरा प्यार जरूरी है ओ ओ जट कट काने बोलिए ओ गिल आ क्या होए यार तेरी परजाई दी बंग टूट गई अच्छा ते आप जी चकले हैं होर यार मैं तो तेरी टूटी बंग भी नहीं जरी गई ओ गिल सब ड्रामे आए नाले अकड़ा केकड़ा भाई जिद्दण सच्ची प्यार हो गए ना उद्दण देखी फिर चीका निकल दियां ओए इना टाइम ता गवर्नमेंट मंडियां चो झोना चकण ते नहीं लाउंदी जिन्ना टाइम तू ला रहे हैं 20 दिन हो गए तेनू उदे नाल धक्के खांदे नू ओ हुण ता प्रपोज कर दे प्रधान हां ਆ ਮੈਂ ਤੇਰੇ ਨਵੇਂ ਬੂਟ ਪਾਉਣ ਲੱਗਿਆ ਤੀ ਯਾਰ ਉਹ ਤੂੰ ਥਪੜੇ ਨਾ ਖਾਈ ਇਧਰ ਫੜਾ ਮੇਰੀ ਬੁੱਗੀ ਨੇ ਮਸਾਂ ਲੈ ਕੇ ਦਿੱਤੇ ਲਾਂਟੇ ਮਾਲ ਚੋਂ ਲੈ ਵੱਡਾ ਆਇਆ ਓਹ ਤੁਹਾਨੂੰ ਕੀ ਲੱਗਦਾ ਹਾਂ ਕਹਿ ਦੂਗੀ ਉਹ ਹਾਂ ਕਰ ਦੂ ਐਕੜਾ ਕਿਕੜਾ ਮੈਨੂੰ ਤਾਂ ਲੱਗਦਾ ਨਾ ਕਰੂਗੀ ਪੱਕਾ ਚੱਕ ਬੜਾ ਪਹਿਲੇ ਦੀ ਕਰਾਈਏ ਨਾ ਇਹਦੇ ਤੇ ਪਾਓ ਇਹਨੂੰ ਕੀ ਪਤਾ ਚਮਕੀ ਦਲਜੇ ਨੂੰ ਵੈਲੈਂਟਾਈਨ ਤਾਂ ਇਹ ਨਿਕਲਦੇ ਆ ਜਿਵੇਂ ਸ਼ਰਾਬੀ ਦੇ ਨਰਾਤਿਆਂ 'ਚ ਦਿਨ ਨਿਕਲਦੇ ਹੁੰਦੇ ਆ ਉਹ ਤੋਂ ਸਲਾਮਾਂ ਹੋਰ ਦਿਓ ਤੂੰ ਐਂ ਕਰ ਦੋ 250 ਦੇ ਫੁੱਲ ਹੈ
ਤੇ ਜਾ ਕੇ ਉਹਦੇ ਮੱਥੇ ਮਾਰ। ਉਠਾ ਸਕੂਟਰੀ, ਚਾ ਫੁੱਲ ਲੈ ਕੇ ਆਈਏ। ਐਕੜਾ ਕਿਕੜਾ, ਇੱਕ ਤਾਂ ਮਾਰ ਮਾਰ ਤੁੰਬੜ ਮਚਾਤਾ, ਮੈਂ ਨਹੀਂ ਜਾਂਦਾ। ਉਹ ਇਹਨੂੰ ਕਿਉਂ ਲੈ ਕੇ ਜਾਂਦਾ ਕਾਲੀ ਜੀਭ ਵਾਲੇ ਨੂੰ? ਆਪਾਂ ਚੱਲਦੇ ਆ। ਉਹ ਮੇਰੀ ਗੱਲ ਸੁਣੋ, ਜੇ ਮੇਰੀ ਬੁੱਗੀ ਵਾਲੇ ਬੂਟ ਪਾਏ ਨਾ ਤਾਂ ਦੇਖੀ ਤੇਰੀ ਕੀ ਹਾਲਤ ਹੁੰਦੀ ਹੈ। ਜੇ ਮੇਰੀ ਬੁੱਗੀ ਵਾਲੇ ਬੂਟ ਪਾਏ ਨਾ ਦੇਖੀ ਤੇਰੀ ਕੀ ਹਾਲਤ ਹੁੰਦੀ ਹੈ। ਐਕੜਾ ਕਿਕੜਾ, ਸਕੂਟਰੀ ਨੂੰ ਰੋਕ ਲੈਣਗੇ ਬੂਟ ਪਾਉਣ ਤੋਂ। ਬੁੱਗੀ ਵਾਲੇ ਬੂਟ ਪਾ ਲਿਓ ਘੈਂਟ। ਓਏ ਆ ਕੀ ਹੋਇਆ? ਹਾਂਜੀ ਕਿੱਦਾਂ? ਵਧੀਆ। ਉਹ ਮੈਂ ਨਾ ਪਹਿਲੀ ਤੇਰੇ ਨਾਲ ਗੱਲ ਕਰਨੀ ਸੀ। ਲੈ ਮੈਂ ਵੀ ਤੈਨੂੰ ਕੁਛ ਕਹਿਣਾ ਸੀ। ਰੋਜ਼ ਸੌਣ ਲੱਗੇ ਸੋਚਦੀ ਵੀ ਕੱਲ ਕਹੂੰ ਪਰ ਫੇਰ ਭੁੱਲ ਜਾਂਦੀ ਆ। ਚੱਲ ਤੂੰ ਦੱਸ ਪਹਿਲਾਂ। ਮੈਨੂੰ ਲੱਗਦਾ ਪਹਿਲੀ ਆਪਾਂ ਸੇਮ ਹੀ ਗੱਲ ਕਰਨੀ ਆ, ਚਾਹੇ ਤੂੰ ਦੱਸ ਦੇ ਚਾਹੇ ਮੈਂ ਦੱਸਦਾ, ਗੱਲ ਇੱਕੋ ਹੀ ਆ। ਚੱਲ ਭਰਾ ਤੂੰ ਦੱਸ। ਮੈਂ ਸੋਚ ਰਹੀ ਸੀ ਅੱਜ ਕੱਲ੍ਹ ਦੇ ਮੁੰਡੇ ਤਾਂ ਬਿਨਾਂ ਜਾਣ ਪਛਾਣ ਪ੍ਰਪੋਜ਼ ਮਾਰਦੇ ਫਿਰਦੇ ਆ, ਜੇ ਕਿਸੇ ਨਾਲ 10 ਦਿਨ ਘੁੰਮ ਲਓ ਫਿਰ ਤਾਂ ਬਸ ਕੁੜੀ ਉਹਦੀ ਹੋ ਗਈ। ਪਰ ਇਸ ਪਾਸੇ ਉਹ ਤੂੰ ਨੰਬਰ ਲੈ ਗਿਆ, ਅੰਬਰਸਰੀਆ ਜੈਂਟਲਮੈਨ ਨਿਕਲਿਆ ਤੂੰ, ਇਹੋ ਜਿਹੀ ਕੋਈ ਸੜੀ ਜੀ ਗੱਲ ਨਹੀਂ ਕੀਤੀ। ਗੁੱਡ ਆ। ਚੱਲ ਹੁਣ ਜੁੱਤੀ ਨਾਲ ਤੇਰਾ ਮੂੰਹ ਕੁੱਟਦਾ ਹੋਵੇ। ਕਸਰ ਵੀ ਨਹੀਂ ਛੱਡੀ ਕੋਈ, ਕੁਛ ਨਹੀਂ। ਤੂੰ ਵੀ ਕੁਛ ਕਹਿਣਾ ਸੀ, ਬੋਲ। ਮੈਂ ਭੁੱਲ ਗਿਆ। ਆਪਦੀ ਤਾਰੀਫ ਸੁਣ ਕੇ ਭੁੱਲ ਗਿਆ ਹੈ ਨਾ? ਹਾਂ ਹੈ ਨਾ? ਹਾਂ। ਚੰਗਾ ਮੈਂ ਕਲਾਸ ਚੱਲਦੀ ਹਾਂ। ਯਾਰ ਭੁੱਖ ਲੱਗੀ ਹੈ, ਪੈਸੇ ਹੈਗੇ ਤੇਰੇ ਕੋਲ? ਮੇਰੇ ਤਾਂ ਮੁੱਕੇ ਪਈ ਤੀ ਯਾਰ। ਜੇ ਤੇਰੇ ਮੁੱਕੇ ਪਏ ਹੁੰਦੇ ਸਾਲਾ ਤੂੰ ਸੁਧਰਿਆ ਨਾ ਹੁੰਦਾ। ਪੈਸੇ ਮੁੱਕੇ ਪਈ ਤੀ। ਓ ਅੱਜ ਤਾਂ ਜੀ ਕਲਾਸ ਹੀ ਪੀੜੀ ਬਹੁਤ ਆ, ਮੈਂ ਸੋਚਿਆ ਇੱਥੇ ਬਹਿ ਜਾਣਾ। ਸ਼ੁਕਰ ਹੈ ਤੁਹਾਨੂੰ ਵੀ ਪਤਾ ਲੱਗਾ ਵੀ ਮੈਂ ਵੀ ਹਾਂ ਇਸ ਕਲਾਸ ਵਿੱਚ। ਪਤਾ ਤਾਂ ਮੈਨੂੰ ਬਹੁਤ ਦੇਰ ਦਾ ਜੀ, ਮੈਨੂੰ ਐਂ ਥੋੜੀ ਗਾਟੀ ਗੁੱਟੀ ਨਾ ਪਈ ਹੋਵੇ ਕਿਤੇ, ਹੋਰ ਕਿਤੇ ਮੇਰੇ ਚੌਥੇ ਵਾਲਾ ਪਿਆਰ ਵੀ ਅਧੂਰਾ ਰਹਿ ਜਾਵੇ। ਮੈਥੋਂ ਤਾਂ ਦਾਰੂ ਵੀ ਨਹੀਂ ਪੀਤੀ ਜਾਣੀ ਜੀ, ਵੈਸ਼ਨੂੰ ਆ ਨਾ ਮੈਂ। ਅੱਛਾ ਜੀ, ਨਾਲੇ ਇੱਕ ਤੁਹਾਨੂੰ ਗੱਲ ਕਹਾਂ ਜੀ। ਹਾਂਜੀ। ਤੁਸੀਂ ਸੋਹਣੇ ਬਹੁਤ ਹੋ। ਤੁਸੀਂ ਵੀ ਪਿਆਰੇ ਬਹੁਤ। ਥੈਂਕ ਯੂ। ਮੈਂ ਇੱਕ ਤੂੰ ਹੀ ਰਾਂਝਾ ਰਹਿ ਗਿਆ ਹੈ, ਫੇਰ ਕਹਿੰਦੇ ਜੱਟਾਂ ਦੇ ਮੁੰਡੇ ਬਸਾਂ ਤੇ ਲਿਆ ਮਰਦੇ ਨੇ, ਹੋਰ ਸਾਡੇ ਕੋਲ ਇੱਕ ਨਹੀਂ ਤੂੰ ਦੋ ਦੋ ਸਾਂਭੀ ਫਿਰਦਾ ਹੈ। ਆ ਤਾਂ ਗਲਤ ਆ ਵੀਰੇ, ਦੇਖ ਸਾਡੀ ਕਿੱਦਾਂ ਤੂੰ ਵੀ ਵੱਜੇਗੀ। ਪਹਿਲਾਂ ਸਾਡੀ ਉਸ ਕੁੜੀ ਤੇ ਅੱਖ ਆਈ, ਤੂੰ ਉੱਥੇ ਰੱਖ ਲਈ। ਹੁਣ ਸਾਡੀ ਐਸ ਕੁੜੀ ਤੇ ਅੱਖ ਆਈ, ਤੂੰ ਇੱਥੇ ਰੱਖ ਲਈ। ਸਾਡਾ ਗਰੀਬਾਂ ਦਾ ਕੀ ਬਣੂਗਾ? ਸਾਡੇ ਤੋਂ ਕੀ ਮਤਲਬ ਹੈ ਐਸ ਗਰੀਬ ਦਾ? ਹੱਥ ਜੋੜ ਕੇ ਕਹਿੰਦਾ ਇਹਨੂੰ ਨਾਲ ਬਿਠਾਇਆ ਨਾ ਕਰਨੀ, ਤੁਕਦੀ ਤੁਕਦੀ ਅੱਗ ਤੇ ਤੇਲ ਪਾਇਆ ਨਾ ਕਰਨੀ। ਹੁਣ ਤੂੰ ਬਾਲਾ ਧਰਮਪ੍ਰੀਤ ਨੂੰ ਜੱਫਾ। ਕੀਪ ਕੁਆਇਟ ਸਟੂਡੈਂਟਸ, ਇਹ ਕੀ ਸ਼ਰਮ ਚਾਇਆ ਹੋਇਆ? ਉਹ ਕਾਹਦਾ ਕੀਪ ਕੁਆਇਟ ਮੈਡਮ, ਸਮਝ ਲਓ ਬਸ ਅਸਤਾ ਲੁੱਟੇ ਗਏ ਮੈਡਮ। ਮੈਡਮ ਸਾਡਾ ਤੁਸੀਂ ਬੈਜ ਹੀ ਚੇਂਜ ਕਰ ਦਿਓ ਨਾ, ਇੱਥੇ ਤੁਹਾਨੂੰ ਕਾਹਦੀ ਸਮਝ ਨਹੀਂ ਆਉਂਦੀ? ਇਹਦੀ ਸਮਝ ਨਹੀਂ ਆਉਂਦੀ? ਆ ਮੈਡਮ ਦੋ ਕੁੜੀਆਂ ਦੇ ਕਾਗਜ਼ ਪੱਤਰ ਪੂਰੇ ਸੀ, ਦੋਹੀ ਇਹ ਸਾਹਮਣੇ ਬੈਠਾ, ਅਸਾਂ ਬਸ ਫ੍ਰੀ ਚ ਐਡਮਿਸ਼ਨ ਲਈ ਫਿਰਦੇ ਆ। ਸਿਟ ਡਾਊਨ। ਕਾਹਦਾ ਸੈਟ ਅਪ, ਕਾਹਦਾ ਸਿਟ ਡਾਊਨ ਜੀ? ਤੁਹਾਡੇ ਪ੍ਰਿੰਸੀਪਲ ਨਾਲ ਪਹਿਲਾਂ ਗੱਲ ਕਰਕੇ ਇੱਥੇ ਐਡਮਿਸ਼ਨ ਲਈ ਸੀ, ਕਿੱਥੇ ਆਓ ਮੇਰੀ ਗੱਲ ਕਰਾਓ, ਮੈਂ ਕਰਦਾ ਗੱਲ ਹੁਣੀ। ਕਮਾਲ ਹੈ ਭੈਣ ਜੀ। ਯੈਸ। ਆ ਵੈਸੇ ਤੁਸੀਂ ਕੁਆਰੇ? ਗੈਟ ਆਊਟ। ਹਾਂ ਹਾਂ ਕਲਾਸ ਤਾਂ ਬਹੁਤ ਵਧੀਆ ਚੱਲ ਰਹੀ ਹੈ। ਹੋਰ ਤੂੰ ਦੱਸ, ਹੈ ਸੱਚੀ? ਓਕੇ ਬਾਏ। ਕਿਹਦਾ ਫੋਨ ਸੀ? ਤੂੰ ਕਿ
ਨਹੀਂ ਸੋਚਦਾ ਤੇਰੇ ਕੱਲੇ ਕੋਲ ਹੈ ਕੋਈ ਹੱਸ ਹੱਸ ਕੇ ਗੱਲਾਂ ਕਰਨ ਲਈ? ਸਾਡੇ ਕੋਲ ਵੀ ਹੈਗਾ। ਤੈਨੂੰ ਘਰੇ ਛੱਡਿਆ ਹੋਵੇ, ਤੂੰ ਉਹਨੂੰ ਛੱਡ। ਅੱਛਾ ਮੱਚ ਗਈ ਮਲਮੈਣ, ਕਿਵੇਂ ਹੋ? ਤੁਸੀਂ ਮੇਰਾ ਵੇਟ ਕਰਦੇ ਸੀ, ਹੋਰ ਕਿਹਦੀ ਵੇਟ ਕਰਨੀ ਆ? ਮੈਂ ਚੱਲੀਏ, ਚਲੋ ਆ ਜਾਓ। ਇਹਨਾਂ ਦਾ ਕੁਛ ਨਹੀਂ ਹੋ ਸਕਦਾ, ਪਾਗਲ। ਤੁਸੀਂ ਨਾ ਜੀ ਬਹੁਤ ਕਿਊਟ ਹੋ, ਤੁਸੀਂ ਵੀ ਬਹੁਤ ਪਿਆਰੇ ਹੋ। ਥੈਂਕ ਯੂ। ਹੈਲੋ ਪਰਵਾਨ, ਮੇਰੇ ਫਲੈਟ ਦੀ ਚਾਬੀ ਖੋ ਗਈ। ਚਾਬੀ ਖੋ ਗਈ? ਹਾਂ। ਚਾਬੀ ਚੁਬੀ ਕੋਈ ਨਹੀਂ, ਮੈਨੂੰ ਪਹਿਲਾਂ ਤੂੰ ਬੱਚੀ ਹੈ ਤੋਂ ਪਈਆਂ। ਹਾਂ ਮੈਂ ਆ ਜਾਣਾ, ਕੋਈ ਚੱਕਰ ਨਹੀਂ, ਆ ਗਿਆ ਮੈਂ। ਹਾਂ ਓ ਮੈਂ ਨਾ ਤੁਹਾਨੂੰ ਗੱਲ ਕਹਿਣੀ ਸੀਗੀ। ਮੈਂ ਨਾ ਤੁਹਾਡੇ ਲਾਇਕ ਨੀਗਾ, ਤੁਸੀਂ ਮੇਰੇ ਤੋਂ ਬੈਟਰ ਮੁੰਡਾ ਡਿਜ਼ਰਵ ਕਰਦੇ ਹੋ। ਮੈਂ ਤੁਹਾਡੀ ਲਾਈਫ ਨਹੀਂ ਖਰਾਬ ਕਰਨਾ ਚਾਹੁੰਦਾ, ਮੈਂ ਚੱਲਦਾ। ਪੈਸੇ ਲੈ ਲਈ ਗੁੱਡੀ ਤੋਂ ਚੰਗਾ। ਓ ਹੈਲੋ ਉਤਰੀ ਐਡਾ ਜਿੰਦਾ, ਮੇਰੀ ਬੇਬੇ ਦਾ ਹੈ। ਲੱਗਦਾ ਤੇਰੀ ਬੇਬੇ ਕੋਲ ਕੋਈ ਤਕੜੇ ਖਜ਼ਾਨਾ ਹੋਣਾ, ਜਿਹੜਾ ਐਡਾ ਜਿੰਦਾ ਲਾਇਆ। ਇਹ ਤਾਂ ਨਹੀਂ ਟੁੱਟਦਾ। ਤੋੜਨਾ ਨੀਗਾ, ਚਾਬੀ ਵਾਲੇ ਤੋਂ ਖੁਲਵਾਉਣਾ ਹੈ। ਚਾਬੀ ਵਾਲਾ? ਉਹ ਆਹ ਟਾਈਮ ਨਹੀਂ ਮਿਲਣਾ ਕੋਈ ਚਾਬੀ ਵਾਲਾ। ਫਿਰ ਹੁਣ ਆਪਾਂ ਕਰਦੇ ਹਾਂ ਜੀ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਇੱਕ ਮਿੰਟ ਹੁਣੇ ਕਰਦਾ। ਸਤਿ ਸ਼੍ਰੀ ਅਕਾਲ ਜੀ, ਰੂਮ ਚਾਹੀਦਾ ਸੀ ਜੀ, ਪੁਲਿਸ ਦਾ ਬੜਾ ਚੱਕਰ ਹੈ। ਤੁਸੀਂ ਵੀਰੇ ਗਲਤ ਸਮਝ ਗਏ, ਸਾਡੇ ਨਾਲ ਰੂਮ ਦੀ ਚਾਬੀ ਖੋ ਗਈ ਤੇ ਸਾਨੂੰ ਰੂਮ ਚਾਹੀਦਾ। ਇੱਥੇ ਸਭ ਦੀਆਂ ਚਾਬੀਆਂ ਗਵਾਚਦੀਆਂ ਨੇ। ਉਹ ਭਰਾ ਮੈਨੂੰ ਉਹ ਵਾਲਾ ਰੂਮ ਨਹੀਂ ਚਾਹੀਦਾ। ਭਾਬੀ ਜੀ ਹੁਣ ਚਲੇ ਗਏ। ਉਹ ਪਾਲੀ ਸੋਰੀ ਪਾਲੀ, ਮੈਨੂੰ ਨਹੀਂ ਪਤਾ ਸੀ ਐਵੇਂ ਦਾ ਹੋਟਲ ਆ ਯਾਰ, ਆਪਾਂ ਕਿਤੇ ਹੋਰ ਚਲੇ ਚੱਲਦੇ ਹਾਂ। ਨਹੀਂ ਰਹਿਣ ਦੇ, ਐਵੇਂ ਬਦਨਾਮੀ ਵਾਲੀ ਗੱਲ ਹੈ। ਚਲ ਆਪਾਂ ਐਵੇਂ ਗੇੜੀ ਗੁੜੀ ਮਾਰ ਕੇ ਟਾਈਮ ਪਾਸ ਕਰਦੇ ਹਾਂ। ਬੱਲੇ ਪਰਵਾਨ ਸਿਆ, ਆ ਕਿਹਦੇ ਵਾਸਤੇ? ਅਮਨ ਲੈ, ਕੱਲ ਇੱਥੋਂ ਤੱਕ ਪਹੁੰਚ ਗਈ। ਲੈ ਅਮਨ ਹੀ ਰਹਿ ਗਈ ਗੁਲਦਸਤਾ ਦੇਣ ਨੂੰ? ਜਣੇ ਖੰਡ ਨਾਲ ਕੁਲਚੇ ਛੋਲੇ ਖਾਂਦੀ ਫਿਰਦੀ ਆ ਉਹ, ਆਪਾਂ ਨੂੰ ਨਹੀਂ ਪਸੰਦ। ਇਹ ਤਾਂ ਮੈਂ ਕਿਸੇ ਦੇ ਵਿਆਹ ਜਾਣਾ ਸੀਗਾ, ਉਹ ਜਾਇਆ ਨਹੀਂ ਗਿਆ, ਪੈਸੇ ਵੀ ਖਰਚ ਕੇ ਕੰਮ ਵੀ ਨਹੀਂ ਆਏ। ਜੇ ਕੰਮ ਲੈ ਕੇ ਦਿਖਾ ਦਿਆ ਫਿਰ ਕਿਵੇਂ ਤਾਂ ਚੱਲ ਤਾਂ ਸਹੀ। ਤੂੰ ਤਾਂ ਕਹਿੰਦੀ ਤੈਨੂੰ ਚੰਡੀਗੜ੍ਹ ਜਾਣਦਾ ਨਹੀਂ ਕੋਈ। ਮੈਂ ਤੈਨੂੰ ਕਦੋਂ ਕਿਹਾ ਮੈਨੂੰ ਜਾਣਦੇ ਆ? ਤੂੰ ਮਰਵਾਈ ਕਿਵੇਂ ਲੱਗਦਾ? ਆਂ ਚੰਗਾ ਲੱਗਦਾ ਕਿਸੇ ਦੇ ਵਿਆਹ 'ਚ ਫਰੀ ਦੀ ਰੋਟੀ ਖਾਣੀ ਆ? 200-400 ਲੱਗੂ ਤੈਨੂੰ ਰੋਟੀ, ਮੈਂ ਆਪ ਖਵਾ ਦੂੰਗਾ, ਆਪਾਂ ਨਹੀਂ ਕਰਦੇ ਇਹੋ ਜਿਹੇ ਕੰਮ। ਉਹ ਗਿੱਲ ਖਾਣਾ ਬਹੁਤ ਸਵਾਦ ਆ ਯਾਰ, ਪਰਸੋਂ ਵਾਲਾ ਵਿਆਹ ਤਾਂ ਕੁਛ ਵੀ ਨਹੀਂ ਸੀ ਇਹਦੇ ਸਾਹਮਣੇ। ਮੈਂ ਕਹਿੰਦਾ ਸ਼ਾਹੀ ਪਨੀਰ ਵਾਲੇ ਤਾਂ ਚਿੱਪੀ ਕੱਢੇ ਪਏ ਨੇ, ਨਾਲੇ ਕਈ ਭਾਂਤਾਂ ਦਾ ਜੂਸ, ਮੈਂ ਤੇ ਆ ਤਾਂ 4-4 ਗਲਾਸ ਬਣਾ ਕੇ। ਉਹ ਗਿੱਲ ਬਾਈ ਪੂਰੀ ਨੇਰੀ ਠਲ ਕੇ ਆਏ। ਹਾਂ ਕੌਣ ਵੀਰੇ, ਮੈਂ ਪਛਾਣਿਆ ਨਹੀਂ ਤੁਹਾਨੂੰ। ਕਿਉਂ ਭੁੱਲ ਗਿਆ ਲੈ ਰੇ ਗਾਗੇ ਵਾਲੇ ਫੁੱਫੜ ਨੂੰ? ਆ ਕੁੜੀ ਕੀ ਨਾਲ ਹੈ ਤੇਰੇ, ਯਾਰਾਂ ਨੂੰ ਭੁੱਲ ਗਿਆ? ਇੰਨਾ ਸ਼ਰੀਫ ਬਣਨਾ ਸੀ ਤਾਂ ਇਹਨਾਂ ਨੂੰ ਸਮਝਾ ਕੇ ਆਉਂਦਾ। ਨਹੀਂ ਮੈਂ ਮੁੱਕੀ ਮਰੂ ਦੋਨਾਂ ਦੇ। ਭਰਜਾਈ ਨਾਲ ਇੰਟਰੋ ਤੋਂ ਕਰਾ ਦਿੰਦਾ। ਵਕੀਲ ਭਾਈ ਭਾਬੀ ਤਾਂ ਬਾਲੀ ਵਾਤੀ ਗਈ, ਇੱਕੀ ਭੈਣ ਭੂਣ ਹੈ ਕੋਈ ਸੋਟੀ। ਤੈਨੂੰ ਹੁਣੇ ਨਾ ਬਣਾ ਸਾਡੂ ਹੋਏ ਮਗਜ ਮਰੀ ਜਾਣਾ। ਕਿਆ ਗਿੱਲ ਯਾਰ, ਤੁਸੀਂ ਵਿਆਹ ਵੇਖਣ ਮੈਂ ਆਈ ਸੀ ਲਾਹੌਰ ਤੋਂ, ਮੀਂਹ ਪੈ ਗਿਆ ਸੀ ਪਿੰਡ ਵਾਲੇ ਮੋੜ ਤੋਂ। ਚਲੋ ਯਾਰ ਆਪਾਂ ਵੀ ਹਰਾਮ ਦੀ ਰੋਟੀ ਹਜਮ ਕਰੀਏ, ਨੱਚ ਟੱਪ ਕੇ ਆਜੋ। ਕਣੀਆਂ ਦਾ ਜ਼ੋਰ ਪਾਣੀ ਜ਼ੁਲਫਾਂ ਚੋ ਚੋ, ਧੌਣ ਭਿੱਜ ਗਈ ਮੇਰੇ ਘੱਗਰੇ ਦੀ।
ਪ੍ਰਧਾਨ ਤੇਰੇ ਵਾਲੀ ਨਹੀਂ ਆਹ ਉਹ ਤਾਂ ਬੜੀ ਸੋਹਣੀ ਲੱਗ ਰਹੀ ਹੈ ਅੱਜ ਫੈਂਸੀ ਡਰੈਸ ਮਾ ਨਹੀਂ ਆਈ ਮੈਨੂੰ ਤਾਂ ਲੱਗਦਾ ਵਿਆਹ ਉਕਾ ਹੀ ਹੈ ਉਹ ਮੈਂ ਤਾਂ ਕਿਹਾ ਕਿਤੇ ਵੈਸੇ ਫੋਨ ਤੇ ਭਕਾਈ ਮਾਰਦੀ ਹੈ ਇਹਨੇ ਤਾਂ ਸੱਚੂ ਚੰਨ ਚੜਾਤਾ ਯਾਰ ਲੈ ਐਕੜਾ ਕਿਕਣਾ ਇਹਨੇ ਤਾਂ ਫੋਨ ਕਰ ਦਿੱਤੀ ਵਿਚਾਰੀ ਤੈਨੂੰ ਉਹ ਤੂੰ ਮੇਰੇ ਵੱਲ ਹੈ ਕਿ ਉਹਦੇ ਵੱਲ ਹੈ ਤੂੰ ਹੀ ਰੱਖੜੀ ਬਣਾਉਣ ਨੂੰ ਫਿਰਦਾ ਤੋ ਦੇ ਮੈਂ ਤੇਰੀ ਸਕੂਟਰੀ ਨੂੰ ਗਿੱਲ ਗਿੱਲ ਦਾ ਲੱਗਦਾ ਉਹ ਛੱਡ ਗਈ ਐ ਸੋਹਣੀਏ ਤੂੰ ਅੱਧ ਵਿੱਚ ਕਾਰ ਨੀ ਪੈਂਚਰ ਕਰਾਂਗੇ ਤੇਰੀ ਡੋਲੀ ਵਾਲੀ ਕਾਰ ਨੀ ਔਰ ਬਹੁਤ ਚ ਪੈਂਚਰ ਕਰ ਲਈ ਪਹਿਲਾਂ ਕੰਮ ਦੀ ਗੱਲ ਕਰਨਾ ਕੀ ਆ ਕਰਨਾ ਕੀ ਆ ਪੈਂਟ ਨੂੰ ਅੱਗ ਲਾ ਦੋ ਜਲੇਬੀਆਂ ਜਲੂਬੀਆਂ ਤੇ ਰੇਤਾ ਪੁੱਕ ਦੋ ਬਗਾਨੀ ਬਰਾਜ ਛੇਤਰ ਕਿੱਥੋਂ ਕਿੱਥੋਂ ਆਉਂਦੇ ਨੇ ਸਕੂਟਰੀ ਆਪਾਂ ਚੱਲੀ ਅਸੀਂ ਨੀ ਜਾਣਦੇ ਤੈਨੂੰ ਆ ਚੱਲੀਆ ਖਤਮ ਤਾਂ ਹੋ ਲੈਣ ਦੇ ਪਿੰਕੀ ਜੇ ਤੂੰ ਪਿਆਰ ਕਿਸੇ ਹੋਰ ਨੂੰ ਕਰਦੀ ਹੈ ਕਿਸੇ ਹੋਰ ਨਾਲ ਮੰਗਣੀ ਕਿਉਂ ਕਰ ਰਹੀ ਹੈ ਕੀ ਕਹਿ ਰਹੀ ਹੈ ਕੁੜੀਏ ਕੌਣ ਹੈ ਮੁੰਡਾ ਪੁੱਛੋ ਪਿੰਕੀ ਨੂੰ ਬੋਲ ਉਹ ਰਿਹਾ ਮੁੰਡਾ ਓ ਓ ਓ ਮੈਨੂੰ ਤਾਂ ਚਲਾ ਗਿਆ ਜੀ ਉਹ ਲੰਘ ਗਿਆ ਜੀ ਉਹ ਤਾਂ ਚਲਾ ਗਿਆ ਜੀ ਤੁਸੀਂ ਕੈਰੀਅਰ ਰੱਖੋ ਕਰ ਦੋ ਜਿਹਦੇ ਨਾਲ ਕਰ ਰਹੇ ਹੋ ਪਿੰਕੀ ਤੋਂ ਡਰਦੀ ਕਿਉਂ ਹੈ ਸੱਚ ਬੋਲ ਪ੍ਰਧਾਨ ਬੋਲ ਉਹ ਪ੍ਰਧਾਨ ਨੂੰ ਮੈਂ ਰਾਮਲੀਲਾ ਕਰਾਉਂਦਾ ਰਿਹਾ ਯਾਰ ਚੁੱਪ ਕਰਾ ਲੈ ਉਹਨੂੰ ਮਾਂ ਨੂੰ ਉਹ ਬਕਵਾਸ ਬੰਦ ਕਰ ਕੁੜੀਏ ਓਏ ਕੌਣ ਆ ਤੂੰ ਚੱਲੇ ਸੀ ਜੀ ਅੱਛਾ ਤੇ ਕੁੜੀ ਮੰਗਾ ਮੈਂ ਦੀ ਵਿਆਹ ਹੋਣ ਵਾਲਾ ਸੰਧੂ ਪੈਲਸ 'ਚ ਰਿਸ਼ਤੇਦਾਰੀ ਤੇ ਮੰਗਣੀ ਤੇ ਗਏ ਸੀ ਕੋਈ ਸ਼ੱਕ ਤਾਂ ਪੈਲਸ ਫੋਨ ਕਰਕੇ ਪੁੱਛ ਲਓ ਸੱਚ ਬੋਲ ਰਿਹਾ ਨਾ ਹਾਂਜੀ ਚਲੋ ਜਾਣ ਦਿਓ ਏ ਥੈਂਕ ਯੂ ਜੀ ਰੋਕੋ ਰੋਕ ਝੂਠੀ ਨਾ ਹੋਵੇ ਕਿਸੇ ਥਾਂ ਦੀ ਜਦ ਮੈਂ ਆਪਣੀ ਗਰਲਫ੍ਰੈਂਡ ਕਿਹਾ ਸੀ ਨਾ ਤਾਂ ਦੇਖ ਲੈ ਕਿਵੇਂ ਔਖੀ ਹੋ ਗਈ ਸੀਗੀ ਹੁਣ ਆਪਣੀ ਵਾਰੀ ਆਪਣਾ ਹੀ ਬਣਾ ਲਿਆ ਮੈਂ ਨਾ ਝੂਠ ਬੋਲਦੀ ਨਾ ਥਾਣੇ ਬੈਠਾ ਹੋਣਾ ਸੀ ਆਇਆ ਵੱਡਾ ਬਚਾ ਲਿਆ ਤੈਨੂੰ ਸ਼ੁਕਰ ਮਨਾ ਨਾ ਤੈਨੂੰ ਡਰ ਨਹੀਂ ਲੱਗਦਾ ਡਰ ਕਾਹਦਾ ਆਪਾਂ ਕਿਹੜਾ ਕੁਛ ਗਲਤ ਕਰ ਰਹੇ ਸੀ ਇੰਨਾ ਕੌਨਫੀਡੈਂਸ ਮੇਰੇ ਬਾਪੂ ਤੋਂ ਆਇਆ ਮੇਰੇ 'ਚ ਉਹ ਕਹਿੰਦਾ ਹੈ ਜੇ ਤੁਸੀਂ ਸੱਚੇ ਹੋ ਨਾ ਤਾਂ ਤੁਹਾਡੇ ਨਾਲ ਕੁਛ ਗਲਤ ਨਹੀਂ ਹੁੰਦਾ ਬੜਾ ਸਹੀ ਕਹਿਣਾ ਤੇਰਾ ਬਾਪੂ ਹੈ ਹੋਰ ਨਹੀਂ ਤਾਂ ਮੇਰੇ ਬਾਪੂ ਵਰਗਾ ਕੋਈ ਨਹੀਂ ਹੋ ਸਕਦਾ ਹਾਂ ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀ ਤੈਨੂੰ ਪਤਾ ਮੈਨੂੰ ਪੁੱਛੋ ਲੈ ਕੀ ਕਹਿੰਦੇ ਆ ਕਿ ਭਾਜੀ ਜਿੰਨੇ ਸੋਹਣੇ ਸੁਣੇ ਕਿ ਤੁਸੀਂ ਹੈਗੇ ਹੋ ਨਾ ਤੁਹਾਡੀ ਕੀਮਤ 65 ਲੱਖ ਦੀ ਬਣਦੀ ਆ ਪਰ ਜੇ ਤੈਨੂੰ ਮੈਂ ਮਾੜਾ ਮੋਟਾ ਵੀ ਪਸੰਦ ਆ ਨਾ ਤਾਂ ਤੇਰੇ ਲਈ ਬੇਸ਼ੁਮਾਰ ਕੀਮਤੀ ਸੋਹਣਾ ਮੁੰਡਾ ਨਾ ਫ੍ਰੀ ਚਾਹ ਕਰ ਦੂ ਹਾਂ ਮੰਨਿਆ ਮੈਂ ਤੇਰੇ ਬਾਪੂ ਵਰਗਾ ਨਹੀਂ ਹੋ ਸਕਦਾ ਪਰ ਇੱਕ ਵਾਅਦਾ ਕਰਦਾ ਮੈਂ ਆਪਣੇ ਬੱਚੇ ਵੀ ਐਵੇਂ ਕਿਆ ਕਰਨਗੇ ਕਿ ਸਾਡੇ ਬਾਪੂ ਵਰਗਾ ਵੀ ਕੋਈ ਨਹੀਂ ਹੈਗਾ ਹੈ ਪਾਲੀ ਓਏ ਉੱਥੇ ਕੀ ਕਰਦਾ ਆ ਜਾ ਹੁਣ ਤੇਰਾ ਕੱਖ ਨਾ ਰਹੇ ਮਲਵੈਣੇ ਇੰਨਾ ਔਖਾ ਸਾਰਾ ਕੁਛ ਬੋਲਿਆ ਸੀਗਾ ਹੁਣ ਪਤਾ ਨਹੀਂ ਫਿਰ ਕਦ ਬੋਲਿਆ ਜਾਊਗਾ ਆਇਆ ਪਰਵਾਨ
गुड मॉर्निंग। गुड मॉर्निंग। तू ऐ भी ठंड च मरिया है पागल, अंदर ही सो जांदा। जड़ी होटल च बदनामा ना ओ कार च बदनामा। मैं चाहे जिन्ना भी मॉडर्न होवां पर तेरे लिए तेरी इज्जत की मायने रखदी आ, मैं सब जानदा। चल आ चलिए। लो जी खुल गया। चंगा फिर। थोड़ा घर बहुत सोना जी, देख ला। आई है मेरे बापू दे दोस्त दा घर है। बहुत सोना यार। चल फिर, सारी रात तेनू धक्के खवाए, थैंक्स। चल कल मिलते हैं, नाले पेपर वास्ते पढ़ भी ली। ओ मैं ना पहले तेरे नाल गल करनी सी, गुस्सा तो नहीं करेंगी? लाइक क्यों, दो कह ला, आपा क्यों गुस्सा होना? ओ, ओ बोल। ओ मैं कहना सीगा। चल यार आपा कल एग्जाम तो बाद आराम नाल गल करते हैं, मेरे मंगेतर दा फोन है। मैं तेनू बाद चो फोन करदा। ओहो तेनू पैजे प्लेग दी बीमारी, तेनू इधर यार टुटे दा फिक्र नहीं, अपनी मंगड़ी टुटे दा ज्यादा फिक्र है। ले गिल भाई आ गया तू, ओ आ ता दित्तियां तिगियां किलो केले ही फड़ लिया हुंदा। ज्यादा थन लगी स्कूटरी वीरे। रहन दे हुण मिठे पोचे मरी जाना, उदो नाल ता खड़ा नहीं। खड़ना कित्थे सी ओए, आप ता गोडियां सिर दी बैठे सी, नाल जे मैं नाल हुंदा फिर कड़ा पर लड़ लेना सी। हलवाई ता खुरटने चक्की फिरदे उत्थे। प्रधान बठिंडे मंगी हुई है भाई। ला, अन्ना की भाले दो अखा, फिर तो पार्टी हो गई। वधिया चुड़ेल तो कहड़ा छुटिया, ओदे पार्टी च बड़ी सतेंद्र सती बनी फिरदी सी। लुक लुक ए मंगनी नहीं हो ठकदी। आए सर तुसी काउंटर ते पैसे जमा करा दो। पैसे जी किल भाई, मेरे ता मुक्के पई थी यार। ओ पैसे ता मेरे कोल भी नहीं हैगे स्कूटरी। नंग दोस्ता नाल ता बंदा उही चंगा लगदा, पिंकी तू मंगाउणे पैणगे। ओ मंगी हुई ते छड्ड दे। केड़ी मंगी गई, कुट भावे पै गई पर हुण तां पिंकी यारा जोगी रह गई। पंगड़ी टुट गई भाई उहदी। हैं? हाँ सच्ची? हाँ मंगड़ी टुट भी जांदी आ। ए पेपर मेरी जिंदगी दी नवी स्टार्ट है बाबा जी, ए मेरी जिंदगी नूं किते होर लैके जा रहा। मैनू पता है तुसी जो करदे हो ठीक ही करदे हो, इसलिए कुछ तो सोच के ही तुसी मेरा रिश्ता सुमेर नाल जुड़िया होना बाबा जी। बस सब ठीक ही होना।
ਸਤਨਾਮ ਸ਼੍ਰੀ ਵਾਹਿਗੁਰੂ। ਸੌਰੀ ਬਾਬਾ ਜੀ, ਮੈਂ ਤੁਹਾਨੂੰ ਤੰਗ ਕਰ ਰਿਹਾ, ਪਰ ਤੁਸੀਂ ਤਾਂ ਸਾਰਿਆਂ ਦੇ ਰਿਸ਼ਤੇ ਜੋੜ ਦਿਓ। ਤੁਸੀਂ ਮੇਰੇ ਕਰਕੇ ਨਾ ਰਿਸ਼ਤਾ ਤੜਵਾ ਦਿਓ, ਜੋੜ ਮੈਂ ਆਪੇ ਲਊਂਗਾ। ਥੈਂਕ ਯੂ। ਕੀ ਮੰਗਿਆ? ਮੰਗਣਾ ਕੀ ਸੀ? ਸਰਵਾਦਾ ਭਲਾ। ਲੈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਇੰਨੇ ਮਹਾਨ ਬੰਦੇ ਨਾਲ ਤੁਰੀ ਫਿਰਦੀ ਹਾਂ। ਆਪਦੇ ਵਾਸਤੇ ਨਹੀਂ ਮੰਗਣਾ ਸੀ ਤਾਂ ਮੇਰੇ ਵਾਸਤੇ ਹੀ ਮੰਗ ਲੈਂਦਾ। ਕੀ ਦੱਸਾਂ ਮਲਵੈਣੇ, ਮੰਗਿਆ ਤਾਂ ਤੇਰੇ ਲਈ ਹੋ ਆ, ਦੱਸ ਕੇ ਜੁੱਤੀਆਂ ਥੋੜਾ ਖਾਣੀਆਂ ਨੇ। ਗੋਰੇ ਵੀਰੇ, ਗੋਰੇ ਗੋਰੇ ਜੀ, ਵਾਟ ਗੋਰੇ ਵੀਰੇ, ਮਿਹਨਤ ਵਾਲੀ ਗੱਲ ਹੈ, 4 ਸਾਲ ਹੋ ਗਏ ਸਿਟੀਆਂ 'ਚ ਬੁੱਕਾ ਮਾਰਦੇ ਨੂੰ, ਬੁੱਲ ਵੀ ਬਾਜੇ ਵਾਲੇ ਵਾਂਗੂ ਸੁੱਜੇ ਪਏ ਨੇ, ਤੁਰੇ ਵੀ ਨਿੱਤ ਫਿਰਦੇ ਤੇ ਜਾਣਾ ਵੀ ਕਿਤੇ ਨਹੀਂ, 4 ਕਿੱਲੇ ਸੀ ਬਾਪੂ ਕੋਲੇ, ਉਹ ਵੀ ਵੇਚਤੇ, ਹੁਣ ਤਾਂ ਕੱਖ ਨਹੀਂ ਰਿਹਾ। ਗੋਰੇ ਵੀਰੇ, ਗੋਰੇ ਵੀਰੇ ਮੈਨੂੰ ਕੱਢ ਇੱਥੋਂ, ਇਹ ਮੈਨੂੰ ਨਰਕ 'ਚੋਂ ਕੱਢ ਦੇ, ਮੈਨੂੰ ਬਾਹਰ ਲੈ ਜਾ। ਗੋਰੇ ਵੀਰੇ ਮੈਨੂੰ ਬਾਹਰ ਲੈ ਜਾ। ਗੋਰੇ ਵੀਰੇ ਤੇਰੀ ਓਏ ਤੈਨੂੰ ਮੈਂ ਦੱਸਦਾ, ਤੂੰ ਆਪਦੇ ਬੁੜੇ ਨੂੰ ਧੱਕਾ ਮਾਰਿਆ, ਮੇਰੀ ਗੱਲ ਸੁਣੋ, ਜੇ ਹੁਣ ਆਪਦੇ ਜਵਾਈ ਨੂੰ ਨਾ ਲੈ ਕੇ ਗਿਆ ਨਾ, ਅੱਜ ਬਾਹਰ ਨਿਕਲ ਪੁੱਤ, ਜੱਟ ਤੈਨੂੰ ਬਾਸੇ ਥੱਲੇ ਦੇ ਕੇ ਮਾਰੂਗਾ। ਸੁਣਿਆ ਕੁੜੀ ਨੂੰ ਤਾਂ ਪਟਕ ਦੇਣੇ ਲੈ ਜਾਂਦੇ ਹੋ, ਸਾਡੇ ਮੇਰੇ ਕਿ ਤੁਹਾਨੂੰ ਸੱਪ ਲੜਦਾ ਹੋਏ, ਬੋਲਾ ਬੋਲਾ, ਤੈਨੂੰ ਮੈਂ ਦੱਸਦਾ ਪਤਾ। ਗੋਰਾ ਭਾਜੀ, ਗੋਰਾ ਜੀ, ਆ ਮਹਾਰਾਜ ਤੇਰੇ ਜਵਾਕਾਂ ਦੀ ਉਮਰ ਲੰਬੀ ਕਰੇ, ਮੈਂ ਤੇਰੇ ਲਈ ਫ੍ਰੀ ਖਾਣਾ ਲਾ ਦਿਆਂਗਾ। 10 ਸਾਲ ਹੋ ਗਏ ਇਸ ਗਰੀਬ ਨੂੰ, ਢੋਲਕੀ ਕੁੱਟਦਿਆਂ ਹੁਣ ਤਾਂ ਕਈ ਵਾਰੀ ਆਪ ਕੁੱਟ ਪੈ ਜਾਂਦੀ ਆ, ਐਸ ਕੰਠ ਵਿੱਚ ਆਪ ਸਰਸਵਤੀ ਵਾਸ ਕਰਦੀ। ਸੁਣੋ ਗਾਣਾ ਗਰੀਬ ਦਾ ਸੁਣੋ, ਹੋ ਮੱਥੇ ਦੀਆਂ ਲਿਖੀਆਂ ਨੂੰ ਜਾਣਦਾ ਨਾ ਕੋਈ, ਸਾਰਿਆਂ ਨਾ ਹੋਵੇ ਜਿਹੜੀ ਸਾਡੇ ਨਾਲ ਹੋਈ, ਹੋ ਦਿੱਲੀ ਖੜਾ ਜਹਾਜ ਰਿਪੋਰਟ ਤੇ, ਖੜਾ ਜਹਾਜ ਰਿਪੋਰਟ ਤੇ ਬੈਠੇ ਆ ਨਾਲ ਨਾਲ ਸੋਹਣੀ ਏ, ਹੋ ਤੂੰ ਵੀ ਚੱਲੀਆਂ ਕੈਨੇਡਾ ਮੈਂ ਵੀ ਚੱਲਿਆ, ਹੋ ਗਿਆ ਕਮਾਲ ਸੋਹਣੀ ਏ। ਓ ਗੁਰੂ ਜੀ, ਓ ਮਾਈ ਪੇਪਰ ਇਜ਼ ਨਾਟ ਵਿਦ ਮੀ, ਐਕਚੁਅਲੀ ਇਫ ਸ਼ੀ ਪਾਸ ਮੀ ਫੇਲ, ਇਫ ਸ਼ੀ ਫੇਲ ਮੀ ਪਾਸ। ਓ ਆਈ ਟੂ ਹੀ ਨਹੀਂ ਮਾਰਦੇ ਬਾਰਦੀ, ਬਟ ਯੂਰ ਟੀ ਐਂਡ ਬਿਸਕੁਟ ਟੂ ਟੇਸਟੀ, ਬਸ ਖਾਓ, ਗੈਟ ਆਊਟ। ਥੈਂਕ ਯੂ। ਆ ਕਿਵੇਂ ਰਿਹਾ? ਬਹੁਤ ਵਧੀਆ, ਅੱਜ ਮੈਂ ਇੰਨੀ ਅੰਗਰੇਜ਼ੀ ਬੋਲੀ, ਇੰਨੀ ਅੰਗਰੇਜ਼ੀ ਬੋਲੀ, ਗੋਰਾ ਪਤਾ ਮੈਨੂੰ ਪੰਜਾਬੀ 'ਚ ਕੀ ਕਹਿੰਦਾ? ਕਹਿੰਦਾ ਬਸ ਕਰ। ਤੈਨੂੰ ਕਿਉਂ ਗਿਆ? ਤੇਰਾ ਪੇਪਰ ਵਧੀਆ ਨਹੀਂ ਹੋਇਆ? ਉਹ ਯਾਰ ਫਿਰ ਕੀ ਹੋ ਗਿਆ, ਤੇਰਾ ਪੇਪਰ ਵਧੀਆ ਨਹੀਂ ਹੋਇਆ? ਉੱਥੇ ਵੀ ਤਾਂ ਟੈਕਸੀ ਚਲਾਉਂਦਾ ਹੀ ਆ, ਟੈਕਸੀ ਇੱਥੇ ਆ ਕੇ ਚਲਾ ਲੂ, ਨਾਲੇ ਇੱਥੇ ਦਾ ਵਿਆਹ ਤੇ ਲਾਗ ਬਹੁਤ ਵਧੀਆ ਮਿਲਦਾ, ਨਾਲੇ ਇੱਕ ਦਾਰੂ ਦੀ ਬੋਤਲ ਫ੍ਰੀ ਦਿੰਦੇ ਆ। ਰਹਿਣ ਦੇ, ਆਪਦੀ ਬੇਕਰੀ ਆ, ਬਿਸਕੁਟ ਬਣਾਉਂਦਾ, ਉਹ ਤਾਂ ਬੜਾ ਵਧੀਆ ਕੰਮ ਆ, ਇੱਥੇ ਜਨਤਾ ਬਹੁਤ ਖਾਂਦੀ ਆ ਚਾਹ ਨਾਲ। ਲੋੜ ਨਹੀਂ, ਐਗਜ਼ਾਮ ਵਧੀਆ ਹੋਇਆ ਮੇਰਾ, ਪਰ ਕੱਲ ਮੇਰੀ ਸੁਮੇਰ ਨਾਲ ਲੜਾਈ ਹੋ ਗਈ। ਲੜਾਈ ਹੋ ਗਈ ਸੱਚੀ? ਮੇਰਾ ਮਤਲਬ ਵੈਰੀ ਸੈਡ, ਮੰਨ ਕੇ ਤੈਨੂੰ ਬਾਬਾ ਜੀ। ਹੋਇਆ ਕੀ ਵੈਸੇ? ਕੁਛ ਨਹੀਂ, ਕੱਲ ਸਾਰੀ ਰਾਤ ਤੇਰੇ ਨਾਲ ਬਾਹਰ ਸੀ ਨਾ, ਉਸੇ ਗੱਲ ਨੂੰ ਲੈ ਕੇ ਥੋੜਾ ਬਹੁਤ ਉਹ ਬੋਲਿਆ, ਫਿਰ ਅੱਗੇ ਤੈਨੂੰ ਵੀ ਪਤਾ ਮੇਰੇ ਨਿੱਗੇ ਸੁਭਾਅ ਦਾ, ਪਰ ਤੂੰ ਦੱਸ ਮੈਂ ਕਿਹੜਾ ਚਾਹ ਨੂੰ ਬਾਹਰ ਸੀ? ਹਾਂ ਉਹ ਤਾਂ ਹੈ, ਹੁਣ ਕੁੜੀਆਂ ਦੀ ਮਜਬੂਰੀ ਕੌਣ ਸਮਝੇ, ਹੈ ਨਾ, ਉਹਨੂੰ ਟਰਸਟ ਨਹੀਂ ਤੇਰੇ ਤੇ, ਆਪ ਚਾਹੇ ਦਿਨ ਰਾਤ ਨਾ ਗੋਰੀਆਂ ਨਾਲ ਖੇ ਖਾਂਦਾ ਵਾ ਉੱਥੇ। ਨਹੀਂ ਜੀ, ਇਹੋ ਜਿਹਾ ਨਹੀਂ ਹੈ। ਅੱਛਾ, ਆ ਦੇਖ ਲੈ ਕਿੰਨੀ ਚੰਗੀ ਆ ਤੂੰ, ਤੈਨੂੰ ਕਿੰਨੀ ਟਰਸਟ ਆ ਉਹਤੇ, ਉਹਨੇ ਤੇਰੇ ਬਾਰੇ ਇੱਕ ਵਾਰ ਨਹੀਂ ਸੋਚਿਆ। ਮੈਂ ਤੈਨੂੰ ਗੱਲ ਕਹਾਂ ਇੱਕ, ਚਾਹੇ ਤੈਨੂੰ ਚੰਗੀ ਲੱਗੇ ਚਾਹੇ ਮਾੜੀ, ਪਰ ਇਹੋ ਜਿਹੇ ਬੰਦੇ ਨਾਲ ਨਾ ਜ਼ਿੰਦਗੀ ਬਿਤਾਉਣੀ ਬਹੁਤ ਔਖਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆ ਗਿਆ ਫੋਨ। ਥੈਂਕ ਯੂ ਬਾਬਾ ਜੀ, ਸਹੀ ਜਾ ਰਹੇ ਹੋ। ਬਾਬਾ ਜੀ ਫੋਨ ਨਾ ਆਇਆ ਹੋਵੇ ਬਸ। ਫਿਰ ਆ ਗਿਆ ਸੀ ਉਹਦਾ ਫੋਨ? ਨਹੀਂ, ਪਰਵਾਨ ਤੂੰ ਮੰਗਣਾ ਮੇਰੇ ਲਈ। ਉਹ ਆਪਾਂ ਨਹੀਂ ਕੁਛ ਮੰਗੀਦਾ ਜੀ, ਆਪਾਂ ਤਾਂ ਸਰਬੱਤ ਦਾ ਭਲਾ ਮੰਗੀਦਾ, ਉਹ 'ਚ ਤੁਸੀਂ ਵੀ ਆ ਜਾਂਦੇ ਹੋ, ਨਾਲੇ ਉਹ ਤਾਂ ਸਭ ਦੇ ਦਿਲਾਂ ਹੀ ਜਾਣਦਾ, ਆਪੇ ਬੁਝ ਲੈਣਾ ਜੀ ਉਹਨਾਂ ਨੇ। ਨਹੀਂ, ਮੇਰਾ ਬਾਪੂ ਕਹਿੰਦਾ ਕੋਈ ਹੋਰ ਸੱਚੇ ਦਿਲੋਂ ਦੁਆ ਕਰੇ ਤਾਂ ਜ਼ਰੂਰ ਪੂਰੀ ਹੁੰਦੀ ਹੈ, ਤੂੰ ਮੰਗਣਾ ਦੋਵਾਂ ਦਾ ਰੌਲਾ ਮੁੱਕ ਜੇ। ਮੈਂ ਹਾਂ ਬੋਲ ਬਾਬਾ ਜੀ, ਇਹਨਾਂ ਦੋਨਾਂ ਦਾ ਨਾ ਝਗੜਾ ਮੁੱਕ ਜਾਵੇ। ਨਾ ਮੁੱਕੇ ਬਾਬਾ ਜੀ, ਮੈਂ 100 ਰੁਪਏ ਹੋਰ ਚੜਾਊਂਗਾ। ਆ ਜਾ ਹੁਣ। ਆਇਆ, 200 200।
वैसे तेन मिलिया कितने सी फेसबुक ते? नहीं साड़ी रिश्तेदारी जो है बापू दी मासी दी कुड़ी दे जेठ दा मुंडा है। ओ तेरा भरा लगा फिर तां हो? हैं? हां तेरे बापू दी मासी तेरे लगी दादी दादी दी कुड़ी तेरे लगी भूआ भूआ दा घर वाला फुफड़ फुफड़ दा भरा भी तेरा फुफड़ी लग्या ना ते ओदा मुंडा भरा तेरा पागल है एनी दूर दी रिश्तेदारी कौन मानदा जी एनी दूर दा ना की पता मुंडा नशे करदा होवे नहीं जी साऊ है ओ नशे करदा हो मैनू पता मैनू लगदा मैं कुछ ज्यादा ही बोल गई ਉਹਨੇ ਤਾਂ ਸੌਰੀ ਦਾ ਮੈਸੇਜ ਵੀ ਕੀਤਾ ਸੀ ਤੈਨੂੰ ਕੀ ਲੱਗਦਾ ਮੈਂ ਫੋਨ ਮਾਰਾਂ ਨਾ ਇੱਥੋਂ ਤਾਂ ਪਤਾ ਲੱਗਦਾ ਮੁੰਡਿਆਂ ਦਾ ਆਪਾਂ ਤਾਂ ਆਪਣੀ ਚੂੜੀਆਂ ਨੂੰ ਲੈ ਕੇ ਪੂਰਾ ਕਲੀਅਰ ਹਾਂ ਗੁੱਸੇ ਜਿਹੜਾ ਮਰਜ਼ੀ ਮਨਾਊਂਗਾ ਮੈਂ ਹੀ ਕੁੜੀਆਂ ਦਿਲ ਨਾ ਨਾਜ਼ੁਕ ਹੁੰਦੇ ਆ ਸਾਰੇ ਆ ਬਹਿ ਜਾਂਦਾ ਵੀ ਤੂੰ ਸਹੀ ਹੈ ਮੁੰਡੇ ਨੂੰ ਹੀ ਪਹਿਲ ਕਰਨੀ ਚਾਹੀਦੀ ਹੋਰ ਕੀ ਨਾਲੇ ਕਰੀ ਆਪਣੀ ਮਰਜ਼ੀ ਆਏ ਨਾ ਕਹੀਂ ਕਿਤੇ ਮੈਂ ਕਿਤੇ ਲੜਾਈ ਕਰਾ ਰਿਹਾ ਤੇਰੀ ਨਹੀਂ ਨਹੀਂ ਠੀਕ ਹੈ ਦੇਖੀ ਬਾਬਾ ਕਿਤੇ ਕੰਮ ਪੁੱਠਾ ਹੀ ਨਾ ਕਰਦੀ ਬੜੀ ਖੁਸ਼ ਦੇਖਦੀ ਹੈ ਪੇਪਰ ਵਧੀਆ ਹੋ ਗਿਆ ਐਗਜ਼ਾਮ ਤਾਂ ਵਧੀਆ ਹੋ ਹੀ ਗਿਆ ਤਾਂ ਕਾਲ ਵੀ ਆ ਗਿਆ ਸੱਚੀ ਹਾਂ ਤੂੰ ਸਹੀ ਸੀ ਚੰਗੇ ਮੁੰਡੇ ਆਪ ਹੀ ਪਹਿਲ ਕਰਦੇ ਆ ਉਹਨੇ ਕਾਲ ਕੀਤਾ ਤੇ ਆਂਦਾ ਸੌਰੀ ਮੈਂ ਬੀਅਰ ਪੀਤੀ ਸੀ ਨਾ ਤਾਂ ਬਹਿਸ ਹੋ ਗਈ ਨਹੀਂ ਤਾਂ ਲੜਦਾ ਹੀ ਨਹੀਂ ਝੂਠਾ ਬੀਅਰ ਨਾਲ ਥੋੜਾ ਕੁਝ ਹੁੰਦਾ ਬੀਅਰ ਤਾਂ ਜਮਾਂ ਦਾ ਪਾਣੀ ਹੁੰਦਾ ਸੱਚੀ ਲੜਿਆਉਣਾ ਉਹ ਤੂੰ ਰਹਿਣ ਦੇ ਚੱਲ ਮੈਨੂੰ ਬੱਸ ਅੱਡੇ ਛੱਡਿਆ ਬੱਸ ਅੱਡੇ ਓ ਪਾਲੀ ਤੂੰ ਸੱਚੀ ਚੱਲੀ ਆ ਹਾਂ ਹੁਣ ਇੱਥੇ ਕੀ ਕਰਨਾ ਪੇਪਰ ਤਾਂ ਹੋ ਗਏ ਤੇ ਮੇਰੇ ਬਾਪੂ ਨੇ ਤਾਂ ਮੈਂ ਹੀ ਜਾਣਦੀ ਹਾਂ ਕਿਵੇਂ ਕੱਟਿਆ ਹੋਣਾ ਮਹੀਨਾ ਫਿਰ ਬਾਹਰ ਵੀ ਜਾਣਾ ਹੈਨੀ ਛੇਤੀ ਹੋਰ ਉਧਰ ਕੋਰਟ ਮੈਰਿਜ ਕਰਾ ਕੇ ਪੀਆਰ ਵਾਸਤੇ ਅਪਲਾਈ ਕਰਨਾ ਫਿਰ ਅਸਲੀ ਵਿਆਹ ਤੇ ਇੱਧਰ ਆ ਕੇ ਕਰਨਾ ਸੱਦੂ ਤੈਨੂੰ ਮੈਂ ਚੱਲ ਤੈਨੂੰ ਪੀਆਰ ਦੀ ਪਈਆ ਇੱਧਰ ਮੇਰਾ ਆਧਾਰ ਕਾਰਡ ਨਹੀਂ ਬਣਦਾ ਮਰਵਾ ਤਾ ਹੋ ਰੱਬਾ ਚੱਲ ਆ ਗਿਆ ਚੰਗਾ ਬਈ ਪਰਵਾਨ ਸਿਆ ਥੈਂਕਸ ਤੂੰ ਮੇਰੀ ਇਸ ਸ਼ਹਿਰ 'ਚ ਇੰਨੀ ਹੈਲਪ ਕੀਤੀ ਤੇਰੇ ਕਰਕੇ ਪਾਲੀ ਲਈ ਇੱਜ਼ਤ ਜੀ ਵੱਧ ਗਈ ਮਾਝੇ ਦੀ ਇੰਨੇ ਮਾੜੇ ਵੀ ਨਹੀਂ ਹੁੰਦੇ ਅੰਬਰਸਰੀਏ ਉਹ ਚਲੋ ਵੀ ਚਲੋ ਬਹੁਤ ਹੋ ਗਿਆ ਭਰਤ ਮਲਾਪ ਉਹ ਤੂੰ ਹੈ ਤੂੰ ਫਿਰ ਟੱਕਰ ਗਿਆ ਉਹ ਸਾਧ ਹੁਣ ਡੇਰੇ 'ਚ ਨਹੀਂ ਮਿਲੂ ਤਾਂ ਹੋਰ ਦੱਸ ਕਿੱਥੇ ਮਿਲੂ ਬਾਹਰ ਸਾਨੂੰ ਕੋਈ ਲੈ ਕੇ ਨਹੀਂ ਜਾਂਦਾ ਹੋਰ ਦੱਸ ਕਿਹੜੇ ਖੂਹ 'ਚ ਡਿੱਗੀਏ ਚਲੋ ਚਲੋ ਛੇਤੀ ਕਰੋ ਪਹਿਲੀ ਲੇਟ ਆ ਸੀ ਓਏ ਆ ਜਾਓ ਹੁਣ ਗੱਲ ਲੱਗ ਕੇ ਰੋਣ ਨਾ ਬਹਿ ਜਾਓ ਚਲੋ ਛੇਤੀ ਕਰੋ ਪਹਿਲੇ ਹੀ ਲੇਟ ਆ ਛੇਤੀ ਕਰੋ ਚਲ ਸਤਿ ਸ਼੍ਰੀ ਅਕਾਲ ਚਲੋ 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 ਚੱਲ ਚੱਲ ਓ ਬੇਬੇ ਕਹਾ ਹੋ ਨਾ ਅੱਜ ਵੀ ਆ ਕੇ ਕੋਈ ਹੋਰ ਹੀ ਕਟਾਊ ਦੋ ਬਠਿੰਡਾ ਤੂੰ ਫੇਰ ਆ ਗਿਆ ਹੁਣ ਵੀ ਇਹ ਸਾਡੇ ਕੋਲੇ ਮੂਹਰਲੀਆਂ ਸੀਟਾਂ ਤੇ ਬਹਿਣਾ ਬਹਿ ਜਾ ਫੇਰ ਨਾ ਚੀਕਾਂ ਜਾਂ ਮਾਰੀ ਤੂੰ ਟਿਕਟ ਕੱਟ ਓਏ ਟਿਕਟ ਤਾਂ ਤੂੰ ਸਾਡੀ ਕੱਟੀ ਆ ਪੁੱਤ ਹੁਣ ਮੈਂ ਤੇਰੀ ਕੱਟੂੰਗਾ ਮੈਨੂੰ ਇਹ ਬੰਦਾ ਠੀਕ ਨਹੀਂ ਲੱਗਦਾ ਮੈਂ ਤੈਨੂੰ ਪਿੰਡ ਛੱਡ ਕੇ ਆਊਂਗਾ ਪਾਲੀ ਓ ਹੈਲੋ ਲੁੱਚੀ ਘੁੱਗੀ ਕੌਂ ਬਦਨਾਮ ਆ ਬਕਾਇਆ ਬਾਅਦ 'ਚ ਦਿੰਦਾ ਮੈਂ ਚੱਲ ਚੱਲ ਆ ਵੀ ਟਿਕਟ ਟਿਕਟ ਤੋਂ ਬਿਨਾਂ ਨਾ ਹੋਵੇ ਕੋਈ ਤੂੰ ਠੀਕ ਹੋ ਕੇ ਬਹਿ ਜਾਂਦੀ ਪਾਲੀ ਆ ਕਿੱਥੇ ਇੱਧਰ ਰੱਖ ਦੇਣਾ ਉਦਾਂ ਹੀ ਓ ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀਗੀ ਤੇਰੀਆਂ ਨਾ ਗੱਲਾਂ ਮੁੱਕੀਆਂ ਹਾਂ ਬੋਲ ਓ ਤੂੰ ਤਾਂ ਚਾਰ ਦਿਨਾਂ ਨੂੰ ਜਹਾਜ਼ ਚੜ ਜਾਣਾ ਨਾ ਫਿਰ ਮੈਨੂੰ ਐਂ ਸੀ ਮੇਰੇ ਦਿਲ 'ਚ ਵਹਿਮ ਜਿਹਾ ਨਾ ਰਹਿ ਜਾਵੇ ਕਿ ਮੈਂ ਗੱਲ ਨਹੀਂ ਕੀਤੀ ਮੈਂ ਨਾ ਤੈਨੂੰ ਬਹੁਤ ਪਸੰਦ ਕਰਦਾ ਅਤੇ ਦੋਸਤੀ ਨਾਲੋਂ ਵੱਧ ਗਾਲੀ ਪਸੰਦ ਆ ਨਾਲੇ ਹੁਣ ਵੀ ਤਾਂ ਅੰਮ੍ਰਿਤਸਰੀ ਦਾ ਮਨ ਵਧੀ ਗਿਆ ਤੇਰੀ ਨਿਗਾਹ 'ਚ ਜੁੱਤੀ ਹੈ ਮੇਰੇ ਪੈਰ 'ਚ ਇੰਨਾ ਕੁ ਤਾਂ ਮੈਂ ਜਾਣਦਾ ਤੇਰੇ ਨਿੱਘੇ ਸੁਭਾਅ ਨੂੰ ਦੇਖ ਬਾੜੇ ਡਾਇਲੌਗ ਜੇ ਨਾ ਮਾਰ ਮੇਰੇ ਬਾਪੂ ਨੇ ਦੇਖਭਾਲ ਕੇ ਰਿਸ਼ਤਾ ਕੀਤਾ ਤੇ ਮੈਂ ਵੀ ਖੁਸ਼ ਹਾਂ ਤੇਰੀ ਖੁਸ਼ੀ ਨਾਲ ਕੀ ਹੁੰਦਾ ਮੈਂ ਨਹੀਂ ਨਾ ਖੁਸ਼ ਕਿੰਨੀ ਸੈਲਫਿਸ਼ ਆ ਤੂੰ ਹਾਂ ਨਾਲੇ ਜੇ ਤੇਰੇ ਬਾਪੂ ਨੇ ਕਿਹਾ ਕਿ ਬਾਹਰੋਂ ਮੁੰਡਾ ਫੇਲ ਤੇ ਅੰਮ੍ਰਿਤਸਰੀਆ ਪਾਸ ਫਿਰ ਤੂੰ ਮਰ ਜਾਏਗੀ ਇਹ ਤਾਂ ਹੋ ਹੀ ਨਹੀਂ ਸਕਦਾ ਤੂੰ ਜਾਣਦਾ ਨਹੀਂ ਮੇਰੇ ਬਾਪੂ ਨੂੰ ਬਹੁਤ ਚਿੱਤਰ ਪੈਣਗੇ ਫੇਰ ਨਾ ਕਹੀਂ ਦੱਸਿਆ ਨਹੀਂ ਉਹ ਬਾ ਉਹ ਤੇਰੇ ਢੀਠ ਹਸ਼ਕ ਦੇ
ਉਹ ਵੱਡਿਆ ਰਾਂਝਾ ਇੰਨੀ ਥੂ ਥੂ ਕਰਾਈ ਜਾਂਦਾ, ਬੰਦੇ ਚ ਅਣਖ ਨਾ ਉਹਦੀ ਵੀ ਚੀਜ਼ ਹੁੰਦੀ ਆ ਕੋਈ। ਉਹ ਜਾ ਤੂੰ ਨਾ, ਹੁਣ ਤੂੰ ਤੇ ਤੇਰਾ ਬਾਪੂ ਸ਼ੋਰ ਹੋ ਨਾ ਰਹੀ। ਆਹੋ ਵੀ ਡਰਦੀ ਕਾਹਤੋਂ ਆ, ਮੈਂ ਵੀ ਤਾਂ ਤੈਨੂੰ ਚੰਡੀਗੜ੍ਹ 25 ਦਿਨ ਘੁਮਾਇਆ ਹੀ ਆ, ਤੂੰ ਮੈਨੂੰ 2 ਦਿਨ ਪਿੰਡ ਨਹੀਂ ਲਿਜਾ ਸਕਦੀ। ਲੈ ਜਾ ਨੂੰ ਭੂੰ ਡਸ਼ਕ ਨੂੰ, ਇਹੋ ਜਿਹੇ ਭੂੰ ਡਸ਼ਕ ਛਿੱਤਰ ਖਾ ਕੇ ਮੁੜਦੇ ਹੁੰਦੇ ਆ। ਮਤਰੇ ਜੁੱਤੀ ਮਾਰਨੀਆਂ ਲਾ ਕੇ। ਹਾਂ ਵੀ ਹਾਂ, ਟਿਕਟ ਤੋਂ ਬਿਨਾਂ ਕੋਈ ਹੋਰ ਆ ਕਦੇ ਪੁੱਛੋ ਜੀ। ਹਾਂ ਬਾਈ ਪਲੀਜ਼ ਪੁੱਛੋ, ਮੰਡੀ ਪੁੱਛੋ, ਉਹ ਪੁੱਛੋ ਦੀ ਸਵਾਰੀ ਤੁਸੀਂ ਪਹਿਲਾਂ ਕਿਹਾ ਹੈ ਸੱਚੀ। ਥੈਂਕ ਯੂ। ਆਈ ਨੀ ਪਾਲੀ ਦੀ ਬੱਸ, ਕਦੋਂ ਗਾਊਗੀ? ਤਾਇਆ ਮੈਨੂੰ ਕਿਹੜਾ ਦੱਸ ਕੇ ਗਈ ਆ? ਤੈਨੂੰ ਨਹੀਂ ਦੱਸ ਕੇ ਗਈ? ਨਾ। ਓ ਆ ਗਈ ਲੱਗਦਾ। ਓ ਬੱਲੇ ਬੱਲੇ, ਚਲੋ ਚਲੋ ਡਾਕੀ ਕੋਲੇ, ਹਲੋ ਡਾਕੀ ਕੋਲੇ, ਚਲੋ ਛੇਤੀ ਚਲੋ ਛੇਤੀ। ਓ ਕਿੱਧਰ ਰਹਿ ਗਈ? ਆ ਗਈ। ਲੈ ਤੂੰ ਤਾਂ ਕਹਿੰਦਾ ਸੀ ਬਾਪੂ ਜੀ ਨਹੀਂ ਲੱਗਦਾ, ਇੰਨਾ ਤਾਂ ਖੁਸ਼ ਹੈ। ਉਹ ਤੈਨੂੰ ਵੇਖ ਕੇ ਖੁਸ਼ੀ ਚੜੀ ਹੈ ਮੈਨੂੰ। ਲਿੱਸੀ ਨਹੀਂ ਹੋ ਗਈ ਕੁਛ? ਅੱਛਾ ਹਾਂ, ਰਹਿਣ ਦੇ ਕੁਛ ਵੀ। ਹੋਰ ਜਿੱਟਰ ਕੀ ਹਾਲ ਹੈ? ਵਧੀਆ ਹਾਲ ਹੈ ਦਾ। ਪੱਲੀਆ ਮੁੰਡਾ ਇਹ ਮੇਰਾ ਫਰੈਂਡ ਆ, ਤੈਨੂੰ ਦੱਸਿਆ ਸੀ ਨਾ ਪਰਵਾਨ ਛੱਡਣ ਆਇਆ ਮੈਨੂੰ। ਅੱਛਾ ਉਹ ਬੱਸ ਵਾਲਾ ਮੁੰਡਾ? ਹਾਂਜੀ। ਅੱਛਾ ਅੱਛਾ ਅੱਛਾ, ਆਓ ਜੀ ਫਿਰ ਚੱਲਦੇ ਆ ਘਰੇ। ਮੈਂ ਤਾਂ ਜੀ ਆਹ ਪਾਲੀ ਦਾ ਸਮਾਨ ਲੈ ਕੇ ਆਇਆ ਸੀ ਨਾਲ, ਜ਼ਿਆਦਾ ਸੀ ਨਾ, ਛੱਡਣ ਆਇਆ ਸੀਗਾ। ਜੇ ਮੈਂ ਤੁਹਾਡੇ ਨਾਲ ਗਿਆ ਤਾਂ ਲੇਟ ਹੋ ਜੂੰਗਾ, ਤੁਸੀਂ ਚਲੋ। ਇਹ ਵੀ ਗੱਲ ਤੇਰੀ ਠੀਕ ਹੈ, ਚੰਗਾ ਫਿਰ ਤੂੰ ਚੱਲ, ਤੂੰ ਕਰ ਵਾਟ ਨੇੜੇ। ਓ ਜਿਟਰਾ ਬਾਈ ਨੂੰ ਚੜਾ ਕੇ ਆਈ ਬੱਸ ਤੇ, ਤੁਰ ਕੇ ਆਈ ਚੰਗਾ? ਠੀਕ ਆ, ਚੱਲ ਆ ਚਲੀਏ। ਹੋ ਗਈ ਤਸੱਲੀ? ਸਤਿ ਸ੍ਰੀ ਅਕਾਲ। ਉਹ ਕੀ ਚੱਕੀ ਜਾਨਾ, ਆ ਜਾ ਇੱਧਰ, ਆ ਜਾ। ਓਏ ਆ ਜਾ ਹੁਣ, ਓਏ ਚੱਲ ਵੀ, ਜਾ ਚਲੇ ਚੱਲਦੇ ਆ ਬਈ, ਇੱਥੇ ਆ ਜਾ ਬਈ, ਇੱਥੇ। ਮੈਂ ਚਲਾ ਜਾਊਂਗਾ, ਤੂੰ ਜਾ। ਤਾਂ ਇਹਨੇ ਕਿਹਾ ਸੀ ਬੱਸ ਚੜਾ ਕੇ, ਮੈਂ ਤਾਂ ਬੱਸ ਚੜਾ ਕੇ ਜਾਊਂ। ਬੱਸ ਦਾ ਕੀ ਪਤਾ ਕਦੋਂ ਆਊਗੀ, ਤੂੰ ਜਾ। ਆ ਜਿਹੜੀ ਗਈ ਆ ਨਾ ਉਹੀ ਆਊ। ਵੈਸੇ ਤੇਰਾ ਨੌਕੀਆ ਵਾਲਿਆ, ਤੈਂ ਕੀ ਲੈਣਾ? ਬਬਲਗਮ ਖਾਏਗਾ? ਮੈਂ ਨਹੀਂ ਖਾਣੀ, ਆਪਦੇ ਕੋਲ ਹੀ ਰੱਖ। ਜਵਾਕ ਜਿਹਾ ਨਹੀਂ ਸੂਤ ਆਉਂਦਾ। ਬੱਸ ਆ ਗਈ। ਹਾਂ ਭਰ ਲਿਆ ਟੋਕਰਾ? ਚਲ ਕੋਈ ਨਾ, ਬੰਦਿਆਂ ਨਾਲ ਹੁੰਦੀਆਂ ਆਈਆਂ ਨੇ। ਇੱਕ ਮਿੰਟ ਇੱਕ ਮਿੰਟ ਕੋਈ ਕੋਈ, ਆ ਲੈ ਟੌਫੀ ਚੂਸੀ ਚੱਲ। ਜਾ ਤੂੰ, ਵਾਹ ਦਿਲ ਦੇ ਮਰੀਜ਼ ਨੂੰ ਬਚਾ ਕੇ ਬਿਠਾ ਲਿਓ ਕੋਈ ਸੀਟ ਤੇ। ਓ ਕਿਹੜਾ ਬਈ, ਖੜ ਜਾ ਖੜ ਜਾ, ਆਉਣਾ। ਓਏ ਤੂੰ, ਸਤਿ ਸ਼੍ਰੀ ਅਕਾਲ ਜੀ। ਗਿਆ ਨਹੀਂ ਹਲੇ? ਮੇਰੀ ਬੱਸ ਲੰਘ ਗਈ ਜੀ। ਝੂਠ ਬੋਲਦਾ ਤਾਇਆ, ਮੈਨੂੰ ਆਪ ਬੱਸ ਚੜਾ ਕੇ ਤੇ ਬਿਠਾ ਕੇ ਆਇਆ। ਓਹ ਮੈਂ ਬੈਠਾ ਸੀ ਜੀ, ਅੱਗ ਜਾ ਕੇ ਖਰਾਬ ਹੋ ਗਈ। ਪੰਜਾਬ ਰੋਡਵੇਜ ਸੀ ਨਾ ਜੀ। ਚੱਲ ਆ ਜਾ। ਜੀਟਰਾ। ਹਾਂ ਤਾਇਆ। ਬਾਈ ਦਾ ਮੰਜਾ ਕੋਠੇ ਤੇ ਡਵਾ ਦੇ।
ठीक है ताया। इन रोटी पचनी पता। हाँ जी। सत श्री अकाल। ओ दसो भी कोई जाना कित्थे आ? ओए होर की गुरुद्वारे जाना? तेरा भी जमी सरे ही पिया। चल उत्ते आ गया झूठ बोल के। खराब हो गई बस। झूठ थोड़ा बोलदा मैं। आ चक तेरा बिस्तरा। होर कुछ? जा रोटी लेके आ। होर है नी तेरी एक रोटी पिछे किते मैं तंदूर न तपाला। मैं मेहमान आया होया, थोड़ी इज्जत ना बोलो। हाय मेहमाना, मेरे तन तेनू कुटना बहुत है। केड़ी गलो? जेड़े तेरे लच्छन ने ना कुट खान वाली ने। ओ जा तू ढिल्ली जुड़ी। ਕਿੱਦਾਂ ਸਕੂਟਰੀ? ਅਗਿਲ ਕਿਕਣਾ ਬਾਈ ਟੋਡਾ ਸਾਰੇ ਆਇਆ ਹੋਇਆ। ਹਾਏ ਸਵਾਦ ਆਇਆ ਪਿਆ, ਠੰਡੀ ਠੰਡੀ ਹਵਾ। ਲੈ ਸੱਚੀ ਉਹ ਗਿੱਲ ਬਾਈ, ਮੈਨੂੰ ਲੱਗਦਾ ਤੂੰ ਕੁੱਟ ਖਾ ਗਿਆ ਹੈਗਾ ਉਤੋਂ। ਨਾ ਤੁਸੀਂ ਨਾ ਮੇਰਾ ਕਰੇ ਚੰਗਾ ਸੋਚ ਲਿਓ। ਕਿਹੜਾ ਕਿਹੜਾ ਕੁੱਟਦਾ ਲੱਗਦਾ? ਫੋਨ ਕੱਟ ਪਾਲੀ। ਹੈਲੋ ਉਹ ਕਿੱਦਾਂ ਸੋਹਣੇ ਹੋ, ਕੀ ਹਾਲ ਨੇ परवान? की होया? कुछ चाहिदा? अच्छा इत्थों बोली सी। ओ मैं ता देखना सी किते ओ एनआरआई नाल ते नहीं गल्ला मारदी मिट्टियां मिट्टियां। चल गुड नाइट बाय। ओ तू जा। हाय कोठे ते किल माया, कोठे ते किल माया। अगे की सी? चल छड़, पर आज तो नहीं नींद आती मैनू। आज तो नवे बूटे च ना चा चढ़े पे सारे आने का। हाय बस बापू बन जावे। गरम चाह पिला के ता मेरा गला फूकना है। ठंडी करके ले गया नू। ठंडी करके ले आया ताया, खेता नू गया कह के गया सी वी मुंडे नू पहली बस बिठाना है। चल तित्तर होया तित्तर है। ओ गल सुनो तू मेरी, तू मेरे ना बड़ा अड़िया ना कर। डरता नहीं मैं तेरे ताए तो, मिल के जाऊंगा मैं। गरम करके ले के जा, ठंडी नहीं पीनी मैं। तू डरू भी तो ज्यादा लगता कि आप ही ना दत्ता हो जाए ताए तो। पाली 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 कितने भाग गए? गुड मॉर्निंग जी। तू गया नहीं? चलिया जाऊंगा, चाह चू तो पूछ लो। नड़ तेन गल दसा ਤੁਹਾਡਾ ਘਰ ਬਹੁਤ ਸੋਹਣਾ, ਇੱਥੇ ਸੁਪਨੇ ਵੀ ਬਹੁਤ ਸੋਹਣੇ ਸੋਹਣੇ ਆਉਂਦੇ ਆ। ਤੁਹਾਨੂੰ ਪਤਾ ਰਾਤੀ ਮੇਰੇ ਕੀ ਸੁਪਨਾ ਆਇਆ? ਆਪਾਂ ਬੱਸ 'ਚ ਉਤਰੇ ਅਤੇ ਤੁਸੀਂ ਮੈਨੂੰ ਪ੍ਰਪੋਜ਼ ਕਰਤਾ। ਹੈਰਾਨੀ ਵਾਲੀ ਗੱਲ ਪਤਾ ਕੀ ਆ? ਕਿ ਮੈਂ ਤੈਨੂੰ ਹਾਂ ਵੀ ਕਰਤੀ। ਝੂਠਾ, ਹੋਰ ਕੁਛ? ਝੂਠਾ ਨਹੀਂ ਜੀ ਹੈਗਾ ਮੈਂ। ਤੁਹਾਨੂੰ ਪਤਾ ਮੇਰੀ ਬੇਬੇ ਕੀ ਕਹਿੰਦੀ ਆ? ਜਿਹੜੇ ਐਂ ਕਹਿੰਦੇ ਨਾ ਆਪ ਝੂਠੇ ਹੁੰਦੇ ਆ। ਮੈਂ ਨਹੀਂ ਝੂਠਾ ਹੈਗਾ। ਉਹ ਤੇਰੀ ਭੈਣ ਨੂੰ ਲੈ ਜਾ ਵਿਆਹ ਕੇ। ਗਾਲ ਕਿਹਨੂੰ ਕੱਢੀ ਆ? ਤੈਨੂੰ ਗਾਲ ਕਦ ਕੱਢੀ ਆ? ਤੈਨੂੰ ਕਹਿ ਚੱਦ ਤੱਤੀ ਆ, ਮੂੰਹ ਕਰਾਂ ਤੂੰ ਮੇਰਾ। ਇਹਨੂੰ ਠੰਡੀ ਕਰਕੇ ਲੈ ਕੇ ਭੱਜਾ। ਪਾਲੀ ਫੜੀ ਮੜੇ ਜਾ। ਆ ਜਾ ਤੇਰੇ ਦਾ ਚਾਹ ਪੀਣ ਵਾਲੀ ਲੱਛਣੀ। ਉਹ ਗੱਲ ਕਰ ਲੈਣ ਦੇ। ਓਏ ਆ ਜਾ ਤਾਈ ਨੂੰ ਮਿਲ ਤੋ ਬਹੁਤ ਚੰਗਾ। ਚਾਹ ਤਾਂ ਠੰਡੀ ਆ। ਝੂਠਾ। ਓ ਛੇਤੀ ਕਰੋ ਯਾਰ ਨਿਕਿਆ, ਕੀ ਕਰੀ ਜਾਂਦੇ ਹੋ? ਫੇਰ ਕਣਕ ਪੰਨੀ ਵੀ ਹੋਣਾ। ਆ ਜਾ ਤੁਰਿਆ ਤਾਇਆ। ਓ ਤਾਇਆ ਆ ਕਹਿੰਦਾ ਵੀ ਤੈਨੂੰ ਮਿਲ ਕੇ ਜਾਣਾ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਮਿਲੇ ਬਿਨਾਂ ਥੋੜਾ ਚਲੇ ਜਾਂਦਾ ਅੰਕਲ ਜੀ। ਅੰਕਲ ਕੀ ਹੁੰਦਾ ਓਏ? ਅੰਕਲ ਨਹੀਂ ਕਮਾ ਤਾਂ ਹੋਰ ਕੀ ਕਹਾਂ ਜੀ। ਫੁੱਫੜ ਆਖਲਾ। ਫੁੱਫੜ? ਨਾ ਜੀ ਨਾ, ਜਮਾ ਹੀ ਨਹੀਂ। ਮੇਰੀ ਕਿਹੜਾ ਕੋਈ ਭੂਆ?
ਮਾਮਾ ਕਹਿ ਲੈਣਾ ਜੀ। ਇਹ ਗੱਲ ਤੇਰੀ ਠੀਕ ਹੈ, ਬੁੜੇ ਨੂੰ ਮੇਰਾ ਸਾਲਾ ਨਾ ਬਣਾਈ, ਮੈਨੂੰ ਬੁੜੇ ਦਾ ਸਾਲਾ ਬਣਾ ਦੇ। ਮੈਨੂੰ ਲੱਗਦਾ ਜੀ ਚਾਚੇ ਦਾ ਚੱਕਰ 'ਚ ਆਪਣਾ ਫਿਰ ਰੌਲਾ ਪੈ ਜਾਣਾ, ਕਿਉਂਕਿ ਬੇਬਰਾ ਜਿਹੜਾ ਤੁਸੀਂ ਬਣਨਾ ਨਹੀਂ ਤੇ ਹੋਰ ਆਪਾਂ ਬਣ ਹੀ ਦੇਣਾ। ਵੈਸੇ ਗੱਲ ਕਹਾਂ ਜੀ, ਤੁਸੀਂ ਜਮਾਂ ਮੈਨੂੰ ਮੇਰੇ ਬਾਪੂ ਵਰਗੇ ਲੱਗਦੇ ਹੋ, ਬਾਪੂ ਕਹਿ ਲਿਆ ਕਰਾਂ। ਛੇਤੀ ਕਰੋ ਯਾਰ, ਕੀ ਕਰੀ ਜਾਂਦੇ ਹੋ? ਠੀਕ ਹੈ ਨਾ ਜੀ, ਨਾ ਜੇ ਤੁਹਾਡੀ ਵਾਰਤਾਲਾਪ ਪੂਰੀ ਹੋ ਗਈ ਤਾਂ ਫਿਰ ਆਪਾਂ ਚੱਲੀਏ। ਉਹ ਖੜ ਜਾ, ਬਾਪੂ ਜੀ ਨਾਲ ਪੱਠੇ ਦਾ ਪੜਾ ਲੈਣ ਦੇ। ਲੈ ਚਾਚਾ ਦਾਤੀ, ਮੈਂ ਵੜਦਾ। ਰਹਿਣ ਦੇ ਓਏ ਸ਼ਹਿਰੀਆ, ਹੱਥ ਵੜਾ ਲੇਗਾ ਐਵੇਂ। ਨਾ ਬਾਪੂ ਜੀ, ਤੁਹਾਨੂੰ ਮੈਂ ਕਿਹੜੇ ਪਾਸੇ ਸ਼ਹਿਰੀ ਲੱਗਦਾ, ਅੰਮ੍ਰਿਤਸਰ 'ਚ 45 ਕਿੱਲੇ ਪੈਲੀ ਆਪਣੀ। ਓਏ ਅੰਮ੍ਰਿਤਸਰ ਕਿਹੜਾ ਤੇਰੇ ਪਿਓ ਵਾਲਾ ਪਿੰਡ ਆ ਓਏ। ਹੁਣ ਪਹਿਲੀ ਸ਼ਹਿਰ 'ਚ ਆ ਗਈ ਬਾਪੂ ਜੀ, ਮੇਰਾ ਕੀ ਕਸੂਰ ਹੈ ਤੇ? ਨਾਲੇ ਤੁਸੀਂ ਆਕਲੈਂਡ ਬੜਾ ਪਿੰਡ ਲੱਭਿਆ, ਇੱਕੋ ਕੁੜੀ ਆ ਉਹ ਵੀ ਤੋਰਤੀ ਬਾਹਰ ਨੂੰ, ਗੱਲਾਂ ਪਿੰਡਾਂ ਵਾਲੀਆਂ। ਓਏ ਇੱਥੇ ਗਿਆ, ਵੇਖਿਆ ਪਾਲਿਆ ਸਾਡਾ, ਤੇਰੇ ਵਾਂਗੂ ਮਾਪਿਆਂ ਦੀ ਕਮਾਈ ਤੇ ਐਸ਼ ਨਹੀਂ ਕਰਦਾ, ਅਗਲਾ ਕਮਾਉਂਦਾ ਤੇ ਖਾਂਦਾ। ਆ ਜਾਣਦਾ ਮੈਂ ਕਮਾਉਣ ਵਾਲਿਆਂ ਨੂੰ, ਸਾਰਾ ਦਿਨ ਕੰਮ ਕਰੀ ਜਾਂਦੇ ਆ, ਨਾ ਘਰ ਵਾਲਿਆਂ ਲਈ ਟਾਈਮ ਨਾ ਘਰ ਵਾਲੇ ਲਈ। ਚੁੱਪ, ਫੁੱਫੜ ਨੂੰ ਮੱਤਾਂ ਨਹੀਂ ਦੇਈਦੀਆਂ ਹੁੰਦੀਆਂ, ਜਾ ਕੇ ਪੱਠੇ ਲਦਾ, ਫੜਾ ਦੇ ਇਹਨੂੰ, ਸਾਰੇ ਰੰਗ ਲਾ ਤੇ ਇਹਨੇ ਪੱਠੇ ਵੱਢ ਕੇ। ਚੱਲ ਤੂੰ ਵੱਢੂ ਗਏ ਪੱਠੇ। ਚੰਗਾ ਵੀ ਪ੍ਰਵਾਨ ਸਿਆ, ਘਰੇ ਚਾਹੇ ਪਾਣੀ ਦਾ ਗਲਾਸ ਨਾ ਚੱਕ ਕੇ ਪੀਤਾ ਹੋਵੇ, ਇੱਥੇ ਗੱਡਾ ਲੱਦਣ ਲੱਗਿਆ। ਹਾਂ ਚੱਲ, ਇਹ ਸ਼ਕੈਨਿਕ ਕਰਵਾਉਣੀ ਤਾਂ ਮੰਗਦਾ ਹੀ ਆ, ਨਾਲੇ ਜੇ ਇੰਨੇ ਕਲਾ ਜੇ ਬਾਪੂ ਮੰਨ ਜਾਵੇ ਤਾਂ ਇਹ ਤਾਂ ਸੌਖਾ, ਹੋਰ ਕੀ ਆ। ਉਹ ਤੇਰੀ ਕਿੰਨੀ ਸੋਹਣੀ ਲੱਗੀ ਜਾਂਦੀ ਆ ਬਾਪੂ ਜੀ। ਉਹ ਮੈਂ ਵੀ ਸੋਚਦਾ ਸੀ ਕਿ ਮੈਨੂੰ ਵੀ ਕੋਈ ਦੇਸੀ ਜੀ ਕੁੜੀ ਮਿਲ ਜਾਵੇ, ਜਿਹਦੇ ਮੱਥੇ ਤੇ ਨਾ ਵਾਲਾਂ ਦੀ ਲੱਟ ਗਿਰਦੀ ਹੋਵੇ, ਅੱਖਾਂ ਇੰਨੀਆਂ ਸੋਹਣੀਆਂ, ਹਾਏ ਕਿ ਸੁਰਮਚੂ ਲੱਗਣ ਦਾ ਵੀ ਡਰ ਹੋਵੇ। ਆ ਚੁੰਨੀ ਫਿਰੇ ਹਵਾ ਚ ਉੱਡਦੀ, ਵੱਟਾਂ ਤੋਂ ਤਿਲਕਦੀ ਫਿਰੇ, ਜੇ ਕੋਈ ਹੋਈ ਨਿਗਾਹ ਚ ਨਾ ਜ਼ਰੂਰ ਦੱਸਿਓ। ਤੂੰ ਚੁੱਪ ਨਹੀਂ ਕਰਦਾ ਓਏ? ਉਹ ਨਹੀਂ ਬਾਪੂ ਜੀ, ਮੈਂ ਤਾਂ ਪਾਲੀ ਨੂੰ ਵੀ ਕਿਹਾ ਸੀ ਕਿ ਤੇਰੀ ਨਿਗਾਹ 'ਚ ਕੋਈ ਕੁੜੀ ਤਾਂ ਦੱਸੀ ਬਾਪੂ। ਆ ਲਓ ਆ ਗਈ ਪਾਲੀ। ਹਰਜਿੰਦਰ ਸਿੰਘ ਬਰਾੜ ਆਏ ਸੀ ਪੱਟੀ ਵਾਲੇ, ਉਹਨਾਂ ਦੇ ਪਿੰਡ ਮੇਲਾ ਹੈ। ਚਲੋ ਛੇਤੀ ਜਾਣ ਤੋਂ ਪਹਿਲਾਂ ਇੱਕ ਹੋਰ ਡਾਂਗਾ ਸੋਟੀਆਂ ਵਾਲੀ ਖੇਡ ਹੋ ਜਾਵੇ ਇਕੱਠੇ ਜੋੜੀ 'ਚ। ਹਾਂ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਪੁੱਤਰ, ਆਪਾਂ ਵੀ ਚੱਲਦੇ ਹਾਂ, ਵੇਖਦੇ ਹਾਂ ਬਚੱਕਾ। ਚੱਲੋ ਜੀਟਰ, ਬਾਈ ਨੂੰ ਚੜਾ ਕੇ ਆ ਬੱਸ ਤੇ। ਹਾਂ ਹਾਂ, ਆ ਜਾ ਆ ਜਾ। ਉਹ ਖਰਜਾ, ਮੈਂ ਵੀ ਚੱਲੂੰਗਾ ਬਾਪੂ ਜੀ, ਨਾਲ ਤੁਹਾਨੂੰ ਦੱਸਣਾ ਮੈਂ ਸ਼ਹਿਰੀ ਨਿਗਾਹ, ਮੈਂ ਪੇਂਡੂ ਹਾਂ, ਬਸ ਤੁਸੀਂ ਮੇਰੀ ਪਹਿਲਾਂ ਜੋੜੀ ਬਣਾ ਦਿਓ। ਕੀ ਮਤਲਬ? ਚਾਹੇ ਤੁਸੀਂ ਆ ਜਾਓ, ਪਰ ਮੈਂ ਪੱਕਾ ਜਾਣਾ। ਓਏ ਤੈਨੂੰ ਪਤਾ ਵੀ ਹੈ ਖੇਡ ਕੀ ਹੈ? ਉਹ ਜਿਹੜੀ ਮਰਜ਼ੀ ਹੋ ਜਾਵੇ, ਯੂ ਨੋ ਆਈ ਐਮ ਵੈਰੀ ਸਪੋਰਟਿਵ ਪਰਸਨ। ਦੇਖੀ ਫੱਟੇ ਚੱਕ ਦੂਗਾ ਫੱਟੇ। ਲੜ ਲੂਗਾ? ਔਖਾ ਹੀ ਹੈ। ਹਾਂਜੀ ਦੋਸਤੋ, ਇਸ ਵਾਰ ਸਿੱਧੂ ਸਾਹਿਬ ਦੇ ਨਾਲ ਆਇਆ ਮੁੰਡਾ ਪਰਵਾਨ, ਤੇ ਦੇਖਦੇ ਆ ਕੀ ਬਣਦਾ ਇਸ ਮੁਕਾਬਲੇ ਦਾ। ਇੱਕ ਪਾਸੇ 6 ਨੌਜਵਾਨ, ਦੂਸਰੇ ਪਾਸੇ ਸਿੱਧੂ ਸਾਹਿਬ ਦੇ ਨਾਲ ਪਰਵਾਨ। ਚੁੱਪ ਕਰ, ਬੈਰੀਕੇਡ ਦਾ ਪੈਰਾਂ ਤੇ ਮਾਰ ਦਿਆ, ਪੈਰਾਂ ਥੋੜਾ ਮਾਰੀ ਦਾ ਸਾਲਿਆ, ਉਦੋਂ ਤਾਂ ਬੜਾ ਜਿਉਣ ਮੋੜ ਬਣਦਾ ਸੀ, ਮੈਂ ਤਾਂ ਹਾਰ ਗਿਆ ਬੈਰੀਕੇਡ ਦਾ। ਨਹੀਂ ਨਹੀਂ ਠੀਕ ਆ, ਟੁੱਟਣੋ ਬਚ ਗਈ, ਪਲਸਤਰ ਦੀ ਲੋੜ ਨਹੀਂ। ਡਾਕਟਰ ਸਾਹਿਬ ਮੈਂ ਕਿੰਨੇ ਦਿਨ ਨਹੀਂ ਚੱਲ ਸਕਦਾ? 3-4 ਦਿਨ ਆਪਣਾ ਧਿਆਨ ਰੱਖੋ। ਓਹ
मैं तो पिंड जाना सी जी, मतलब फिर जा नहीं सकता। नहीं नहीं चलो ये भी तो अपना ही घर है। डॉक्टर साहब कि झूठ तो नहीं बोलता, मैनू लक्षण जो ठीक नहीं लग रहे। नहीं नहीं सट लगी झूठा दी पंड। क्यों आपका जलूस कढ़ा रहा, चला जा वापस। पता है मैं बापू आज तक नहीं हारे। गल जित हार दी नहीं पाली, गल तेरी खुशी दी है। जे वो लैंसर वाली कुड़ी मैनू रिश्ते ना ना कर दी ते वो अमली जिहा कंडक्टर बस हौली ना करदा ते तू खुले पैसे लैके बस चढ़ दी ना तो आपां कदे ना मिलदे। ये रब आपां नूं बड़ा रहा, तू उहदे इशारे नूं समझ। कच्चियां ने कच्ची उते नच के दिखाता वे दुनिया दा मैं ता हाए मोवी मुकाता वे नी दस केरी गलती करी नी जिंद मेरी जांदी है डरी ए तो पहला चली जावे हायो मेरी जान तू बस मैनू होर ना अजमा तू बस कर होर ना अजमा कच्चियां ने कच्चे उते नच के दिखाता वे दुनिया दा मैं ता हाए मोवी मुकाता वे दस केड़ी गलती करी नी जिंद मेरी जांदी है डरी ए तो पहला चली जावे हायो मेरी जान तू बस मैनू होर ना अजमा तू बस कर होर ना अजमा सारी सारी रात मेरे नैन रेंदे जाग दे तू भी दूर हुयो लाके इश्के दा जाग वे सारी सारी रात मेरे नैन रेंदे जाग दे तू भी दूर हुयो लाके इश्के दा जाग वे लगे दो मिनट तेरे तो ठगे अखियां नू दस केड़ी गल दी सजा तू बस मैनू होर ना अजमा तू बस मैनू होर ना अजमा तू बस कर होर ना अजमा मुकदी ये गल तेरे बिना रहना औखा है दिनों दिन गम तेरा होई जांदा चौखा है मुकदी ये गल तेरे बिना रहना औखा है दिनों दिन गम तेरा होई जांदा चौखा है पाली जे तेरी मंगनी ना हुई होंगी फिर तू मन जाना सी। कोई फायदा है इस गल दा? ओह मेरा मतलब जे तेरी उहदे नाल व्याह तो बाद ना बनी तो तेनू याद आया कि परवान तेरे हाड़े कढ़दा सी फिर तू गोडिया सिर तक रोएंगी। यार ये भी नहीं तो वह भी नहीं कुछ तो दसना पैना। तेनू ये मजाक लगता? मजाक लगता तेनू? ये पिंड है परवान, इतने गल उड़ते देर नहीं लगती।
पर तू जिगरा देख मेरे बापू दा, मैं तेरे नाल सारे आम पिंड घूम रही हूँ। उन्हें फिर भी कुछ नहीं किया, पर हुण कुछ ज्यादा ही हो गया। तू मेरे लिए बस एक दोस्त है, उस तो अगे कुछ नहीं। तेरे लिए चंगा ए है तू अपना नाटक बंद करके चुपचाप इत्थों चला जा। ओ जीटरा। हाँ ताया। ओ मुंडे नु चाह दे दी। ओ तो ताया गया, चल बढ़िया हो गया, भाग गया। जांदा रिया? हाँ ताया। कमाल दा मुंडा, जांदा भी रिया, मिलके भी नहीं गया। ओ गिल यार, मैं तो पहले ही कहा तीगा टांग मारी जांदा। किथे बापू, किथे जीरा, किथे उठ साला बिजण जा। फोन चक ले। इस वेले कित्थों आ गया? हां पिंकी, बेबी शॉपिंग लई चलिए। ओ यार हुण तैनू कित्थों करा दादी रात शॉपिंग, मैं केड़े तेरे प्यो दा माल खुला है। लिप ग्लॉस मुक गए सी। इधर साडे यार दा दिल टुटिया पिया, तैनू लिप ग्लॉसां दी होई पई है। वैसे की हुंदे ने इह? गिल, गिल, गिल वीरे, इहदे तां बुलां तों हासे उड गए यार। हाँ यार, किन्नी काली है नु सॉरी जान वास्ते। मेनू काली है कि तेनू तोरन दी काली है? और दो साल रुक के रिश्ता करना सी। पल्ली असी पंजाबी किन्ने भी मजबूत क्यों ना होइए, पर ती जम्मी तो एक डर जा बैठ जांदा है कि किधरे पग दा दाग ही ना बन जाए। तू सियाणी है, चिट्टी चादर ते तां पानी दा दाग भी लग जांदा है, पर तू हमेशा मेरा मान वधाया। मैं तेनू जिस दे भी लड़ लाया, तू लगन जा रही है तीए। अज मेरा जी करता है कि तू अपने हथी मेरे पग बन दे। परदेसी जानी है, आपदा ख्याल रखी है, चंगा बाप। नाले कुछ खाया पिया कर, लिस्सी हुंदी जानी है। नहीं है? नहीं की तू ध्यान ही नहीं रखदी। हां ते एक गल होर, ओ समीर नु स्नेहा दे दी, ओ तैनू हवाई अड्डे तो ले लूगा। जी बाप। हां हुण भुल्ली ना। आ जा हुण बैठिए। छड
जाओ। थैंक यू। परवान, तू भी कमाल है, पिंड मिलके नहीं आया ते आज बिना दसे आ गया। बिना दसे नहीं आया, तेरा मैसेज आया सी मैनू। मैसेज? गलती नाल हो गया, मैं सुमेर नू करना सी, तेनू करता। चल ठीक है फिर, मैं चलदा। इन्ना गुस्सा, बोल तो सही, मैं कित्थे गलत आ? तू कित्थे गलत नहीं पाली, ना मैं तेनू कह रहा तू मैं लुट के खा गई, तू मैनू बर्बाद करता। तू अपनी जगह ठीक आ ते मैनू अपनी जगह ठीक रहन दे। हाँ तू मेरी लाइफ का सब तो वड्डा चा सी, हुण नहीं पूरा होया ता कोई धक्का थोड़ा ना। क्या ना गलती नाल हो गया मैसेज, मैनू की मिलना तेनू छेड़ के? गलती ना हो गया सी ना, अपना फोन दे। मैं अपना नंबर डिलीट करता, आज तो गलती नाल भी गलती नहीं होगी। चंगा, सत श्री अकाल। किसी दी ना तोड़े जिंदे आपां टुर जाना पल रह गए ने थोड़े वो जिंदे आपां टुर जाना दिन रह गए ने थोड़े चीका निकल गया स्कूटरी बिरे। हौसला रख यार ना गिल। नहीं तू ताड़ ताड़ वंगा कड दी सी पिया टूटे टूटिया वंगा दे मैथों जाने नहीं जोड़े टूटे टूटिया वंगा दे मैथों जाने नहीं जोड़े जिंदे रापा टुर जाना पल रह गए थोड़े यतीम होइया यादा चलो सजना ने देसो खाली हाथ ते नहीं मोड़े चलो सजना ने देसो खाली हाथ ते नहीं मोड़े चलो सजना ने देसो खाली हाथ ते नहीं मोड़े
ਗੱਲ ਜਿੱਤ ਹਾਰ ਦੀ ਨਹੀਂ ਪਾਲੀ, ਗੱਲ ਤੇਰੀ ਖੁਸ਼ੀ ਦੀ ਹੈ। ਇਹ ਰੱਬ ਆਪਾਂ ਨੂੰ ਬਣਾ ਰਿਹਾ, ਤੂੰ ਉਹਦੇ ਇਸ਼ਾਰੇ ਨੂੰ ਸਮਝ। ਹਾਂਜੀ ਚੱਲੀਏ ਫਿਰ। So, now we just need the signature. Yeah, of course, man. Please. Thanks. Pali? Huh? Sign. You didn't sign. I guess the pen didn't work. Sorry about that. Pali, ਜੇ ਤੇਰੀ ਮੰਗਣੀ ਨਾ ਹੋਈ ਹੁੰਦੀ ਫਿਰ ਤੂੰ ਮੰਨ ਜਾਣਾ ਸੀ। ਕੀ ਹੋਇਆ? ਸੁਮੇਰ, ਮੈਂ ਕਾਲ ਕਰ ਸਕਦੀ ਹਾਂ? ਕਾਲ? ਸਭ ਠੀਕ ਹੈ ਨਾ? ਬਸ ਦੋ ਮਿੰਟ। ਹੈਲੋ ਬਾਪੂ, ਮੈਂ ਪਾਲੀ ਬੋਲਦੀ ਹਾਂ। ਪਾਲੀ, ਕੀ ਹਾਲ ਹੈ ਪੁੱਤ, ਤਕੜੀ ਹੈ? ਹਾਂ, ਕੋਰਟ 'ਚ ਸੀ ਮੈਂ। ਓ ਪਾਲੀ ਪੁੱਤ, ਇਹ ਤਾਂ ਐਵੇਂ ਵਿਆਹ ਹੈ, ਅਸਲੀ ਵਿਆਹ ਤਾਂ ਆਪਾਂ ਇੱਥੇ ਕਰਾਂਗੇ, ਇੱਥੇ ਆ ਕੇ ਗੱਜ ਵੱਜ ਕੇ। ਬਾਪੂ, ਮੈਂ ਅੱਜ ਤੱਕ ਤੁਹਾਡੇ ਤੋਂ ਕੁਛ ਨਹੀਂ ਲੁਕਾਇਆ, ਪਹਿਲੀ ਵਾਰ ਤੁਹਾਡੇ ਤੋਂ ਕੁਛ ਲੁਕਾ ਰਹੀ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗ ਰਿਹਾ। ਸੁਮੇਰ ਬਹੁਤ ਵਧੀਆ ਮੁੰਡਾ ਹੈ, ਮੇਰਾ ਬਹੁਤ ਖਿਆਲ ਰੱਖਦਾ, ਪਰ ਸੱਚ ਇਹ ਹੈ ਕਿ ਮੈਨੂੰ ਉਹ ਅੰਮ੍ਰਿਤਸਰ ਵਾਲਾ ਮੁੰਡਾ ਪਸੰਦ ਹੈ। ਮੈਂ ਉਹਨੂੰ ਵੀ ਨਹੀਂ ਦੱਸਿਆ, ਉਸ ਤੋਂ ਪਹਿਲਾਂ ਤੈਨੂੰ ਦੱਸ ਰਹੀ ਹਾਂ। ਜੇ ਤੁਸੀਂ ਨਾ ਕਹੋਗੇ ਤਾਂ ਮੈਂ ਚੁੱਪਚਾਪ ਅੰਦਰ ਜਾ ਕੇ ਵਿਆਹ ਦੇ ਪੇਪਰ ਸਾਈਨ ਕਰ ਦੂੰਗੀ। ਅਤੇ ਉਸ ਤੋਂ ਬਾਅਦ ਇਹ ਗੱਲ ਖਤਮ। ਨਾ ਮੈਂ ਤੇਰੀ ਗੱਲ ਕੱਟੀ ਹੈ, ਨਾ ਕੱਟੂਗੀ। ਜੇ ਪਿਓ ਪੁੱਤਰਾਂ ਵਾਸਤੇ 40-50 ਕਿੱਲੇ ਜ਼ਮੀਨ ਬਣਾ ਕੇ ਦੇ ਸਕਦਾ ਤਾਂ ਧੀ ਵਾਸਤੇ 40-50 ਲੱਖ ਰੁਪਈਆ ਖਰਚ ਕਰਨਾ ਵੀ ਕੋਈ ਵੱਡੀ ਗੱਲ ਨਹੀਂ। ਪਰ ਜਦ ਧੀਆਂ ਕੱਲ੍ਹ ਦੇ ਜਵਾਕ ਨਾਲ ਪਿਓ ਦਾ ਹੱਥ ਛੁਡਾ ਕੇ ਭੱਜ ਜਾਂਦੀਆਂ ਤਾਂ ਆਉਣ ਵਾਲੀਆਂ 100 ਧੀਆਂ ਵਾਸਤੇ ਕਬਰਾਂ ਪੁੱਟ ਦਿੰਦੀਆਂ। ਪਰ ਜੇ ਧੀਆਂ ਤੇਰੇ ਵਰਗੀਆਂ ਹੋਣ ਤਾਂ ਕਿਸੇ ਵੀ ਪਿਓ ਦੀ ਪੱਗ ਨੂੰ ਕਦੇ ਦਾਗ ਨਹੀਂ ਲੱਗ ਸਕਦਾ। ਤੂੰ ਫਿਕਰ ਨਾ ਕਰ, ਵਾਪਸ ਆ ਜਾ ਪੁੱਤ, ਗੱਲ ਹੀ ਕੋਈ ਨਹੀਂ, ਤੂੰ ਵਾਪਸ ਆ ਜਾ। ਪੁੱਠੀ ਮੁੜਿਆ ਪੁੱਤ, ਫਿਕਰ ਹੀ ਨਾ ਕਰ। ਠੀਕ ਹੈ ਬਾਪੂ, ਮੈਂ ਫੋਨ ਕਰਦੀ। ਬਸ
कुछ कहने की लोड़ नहीं, सब सुन लिया मैं। बहुत तेज होंदे ने अंबरसरीए, मैनू पता सी मेरी जड़ां च बहना ने। चलो एयरपोर्ट छड्डे हूं। थैंक्स 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 तो की करना मैं, जे हो सकिया तो अपने सहुरियां तो एक रिश्ता करा दी, होर तां साले दा कुछ बिगाड़ नहीं सकता, एवें भाजी भाजी तो करदा फिर करूं। अंबरसर गया वे तू तो बड़ा कामा बनिया वे तेनू रिश्ता करा दिए रिश्ता ओए आहो तुसी रहन दो ओए की रहन दो तेरे पसंद दी कुड़ी है पिंड दी ओ कुड़ी मेरे नाल आई है ओ खड़ी ना पुआई फुफड़ नू तू तोले दी मुंदरी ओ गल नहीं हैगी जी ओए होर की गल है जा जाके गल करके आ ओए जा भी ओह तुसी मैनू गलत ना समझो जी आवें अंकल दी कुड़ी दे प्यार चक्कर च पै गया सीगा थोनू नहीं पता ए दोनों प्यो ती ना मैनू बर्फ चलाउण नू फिरदे आ पाली तू जदों पिंड छड्डण आया सी टिकट दे पैसे लेके नहीं गया ओ देण आई आ ओ जट तेरी सारी उम्र दे टिकटां भरन फिरदा तू एक टिकट रोई जानी आ नल टिकट वाली गल छड्ड तेनू फाजिल का तो जुती मंगवा दा लैकमी दी पेंसिल वाला सुरमा ना ले ला ओ सुरमा की करना तू सारी उम्र तेरी अखां च मैं बसया रहना तू छड्ड सुरमे नू ਨਲਿਆ ਤੇਰੇ ਬਾਪੂ ਨੂੰ ਦਾਜ ਦੂਜ ਦੀ ਗੱਲ ਨਹੀਂ ਕੀਤੀ ਕਾਰ ਦਊਗਾ ਉਹ ਥੱਪੜ ਨਾ ਦੇ ਦੂ ਅੱਛਾ ਅੱਪਾ ਦੂਵੇਂ ਹੋ ਗਏ ਹਾਰ ਪਰਵਾਨ ਤੇ ਚੱਲ ਕਾਟੀ ਗੂਟੀ ਲਈਏ ਚੰਨਪਾ ਅੱਪਾ ਦੂਵੇਂ ਹੋ ਗਏ ਹਾਰ ਪਰਵਾਨ ਤੇ ਚੱਲ ਕਾਟੀ ਗੂਟੀ ਲਈਏ ਚੰਨਪਾ हाँ जी कैसे लगी फिर ठीक सी आओ चलिए फिर आओ जी आओ जीरकपुर राजपुरा पटियाला भवानीगढ़ संगरूर तनौला बरनाला रामपुरा बठिंडा नौ सौ आओ भी आओ चलो 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 बाकी जिथे तुसी कहोगे उथे ही छड़ देंगे चल दुनिया नू दई नी हला अब दोवें हो गए हार परवान दे चल काटी गूटी लई चन्नपा अब दोवें हो गए हार परवान दे चल काटी गूटी लई चन्नपा ਮੇਰੇ
ਵੱਜਦੀ ਜਦੋਂ ਹੱਸਦੀ ਤੂੰ ਬਿੱਲੋ ਨੀ ਵੀ ਪਾ ਆਪਾਂ ਦੋਵੇਂ ਹੋ ਗਏ ਹਾਰ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨੋ ਪਾ ਆਪਾਂ ਦੋਵੇਂ ਹੋ ਗਏ ਹਾਰ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨੋ ਪਾ।